ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਮੇਰੇ ਨਾਲ ਪੰਜਾਬ ਦੀ ਗੱਲ ਕਰਨ ਦੇ ਲਈ ਨਵਜੋਤ ਸਿੰਘ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਵੈਸੇ ਤਾਂ ਅਸੀਂ ਸਾਰੇ ਹੀ ਜ਼ਿੰਦਗੀ ਦੀ ਯਾਤਰਾ ਤੇ ਨਿਕਲੇ ਹੋਏ ਹਾਂ ਬੰਦਾ ਕਦੇ ਖੁਸ਼ੀ ਕਦੇ ਗਮੀ ਉਤਰਾ ਚੜਾ ਹਰ ਚੀਜ਼ ਦੇਖਦਾ ਹੈ ਪਰ ਕੋਈ ਰਾਜਨੀਤਿਕ ਬੰਦਾ ਜੋ ਰਾਜਨੀਤੀ ਦੇ ਵਿੱਚ ਹੈ ਪਹਿਲਾਂ ਸਪੋਰਟਸ ਦੇ ਵਿੱਚ ਸੀ ਉਹ ਇਹਨਾਂ ਉਤਰਾ ਚੜਾ ਨੂੰ ਹੋਰ ਗਹਿਰੇ ਢੰਗ ਦੇ ਨਾਲ ਗੂੜੇ ਢੰਗ ਦੇ ਨਾਲ ਜਾਂਦਾ ਹੈ ਜੇਲ੍ਹ ਜਾ ਕੇ ਆਏ ਬਾਹਰ ਨਿਕਲੇ ਫਿਰ ਆਪਦੇ ਉਹਨਾਂ ਹੀ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਗੱਲ ਕਰਨ ਲੱਗੇ ਨੇ ਆਪਾਂ ਇਹਨਾਂ ਨਾਲ ਅੱਜ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਿੰਨਾ ਬਦਲੇ ਨੇ ਕਿਹੜੇ ਮੁੱਦਿਆਂ ਨੂੰ ਹੁਣ ਜ਼ਿਆਦਾ ਗਹਿਰਾਈ ਨਾਲ ਸਮਝਦੇ ਨੇ ਕਿਉਂਕਿ ਇਹ ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਜੇਲ੍ਹ ਤੋਂ ਬਾਹਰ ਆਉਂਦਾ ਹੈ ਤਾਂ ਬੰਦੇ ਦੀ ਸਮਝ ਦੇ ਵਿੱਚ ਬਦਲਾਅ ਜ਼ਰੂਰ ਆਉਂਦੇ ਆ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਮੈਂ ਤੇਰਾ ਬੜਾ ਫੈਨ ਹਾਂ ਕਿ ਟੈਲੀਵਿਜ਼ਨ ਨੂੰ ਇੱਕ ਨਵੀਂ ਪਰਭਾਸ਼ਾ ਦਿੰਦੀ ਹੈ ਸੱਚੇ ਮਾਰਗ ਚੱਲੇ ਤਾਂ ਹੀ ਤੇਰਾ ਚੈਨਲ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ। ਪਹਿਲੀ ਮੁਲਾਕਾਤ ਆ ਜੀ ਜੋ ਤੁਸੀਂ ਬਾਹਰ ਆਏ ਤੇ ਪਹਿਲਾਂ ਤਾਂ ਮੈਂ ਆਹੀ ਸਵਾਲ ਤੇ ਆਉਂਗਾ ਕਿਉਂਕਿ ਮੈਨੂੰ ਲੱਗਦਾ ਵੀ ਹਰ ਕੋਈ ਜ਼ਿੰਦਗੀ ਦੀ ਉਹ ਸਫਰ ਤੇ ਆਪਾਂ ਸਾਰੇ ਇਸ ਸਫਰ ਚ ਕੀ ਤਬਦੀਲੀ ਆਈ ਹੈ। ਇਸ ਤਰ੍ਹਾਂ ਹਾਂ ਇਸ ਸਫਰ ਨੂੰ ਅਗਰ ਸਮਝਣਾ ਹੈ ਤੇ ਮੇਰੀ ਜ਼ਿੰਦਗੀ ਦੇ ਦੋ ਪੜਾਅ ਨੇ ਇੱਕ 36 ਤੱਕ ਜਦੋਂ ਮੈਂ ਆਪਣੇ ਅੰਦਰ ਨਹੀਂ ਸੀ ਉਤਰਿਆ ਠੀਕ ਹੈ 36 ਸਾਲ ਦੀ ਉਮਰ ਤੱਕ ਮੈਂ ਇਹ ਮੰਨਦਾ ਸੀ ਕਿ ਮਿਹਨਤੀ ਸਭ ਕੁਝ ਹੈ ਬਸ ਮਿਹਨਤ ਕਰੋ ਫਲ ਲੱਗੂ ਟੈਨ ਦੇ ਰਾਤ ਮਤਲਬ ਉਸ ਤੋਂ ਬਾਅਦ ਜਦੋਂ ਇਹ ਦੇਖਿਆ ਵੀ ਕਿਸੇ ਕਿਤਾਬ ਚ ਨਹੀਂ ਕਿਸੇ ਚ ਨਹੀਂ ਜੋ ਬ੍ਰਹਮੰਡੇ ਸੋ ਹੀ ਪਿੰਡੇ ਜੋ ਖੋਜੈ ਸੋ ਪਾਵੇ ਹੂੰ ਉਹ ਜਦੋਂ ਆਪਣੇ ਅੰਦਰ ਦਾ ਸਵਾਮੀ ਵਿਵੇਕ ਅਨੰਦ ਪੜਿਆ ਆਪਣੇ ਅੰਦਰ ਉਤਰਨ ਲਗੇ ਧਿਆਨ ਚ ਜਾਣ ਦੀ ਅਵਸਥਾ ਚ ਹੂੰ ਭੈ ਮਿਟ ਗਏ ਇੱਕ ਕਲੈਰਿਟੀ ਹੋ ਗਈ ਚਾਨਣ ਅੰਦਰ ਲਾ ਉਹਦੇ ਨਾਲ ਇੱਕ ਹੋ ਕੇ ਜ਼ਿੰਦਗੀ ਬਦਲ ਗਈ ਸੋ ਮੇਰੀ ਜ਼ਿੰਦਗੀ ਨੂੰ ਅਗਰ ਦੇਖਣਾ ਹੈ ਤੇ 36 ਤੋਂ ਪਹਿਲਾਂ ਹੂੰ ਡਾਊਟ ਦੀ ਜ਼ਿੰਦਗੀ ਦਵੰਦ ਦੀ ਜ਼ਿੰਦਗੀ ਦਵੰਦ ਚੋਂ ਨਿਕਲਣਾ ਮਿਹਨਤ ਨਾਲ ਹੂੰ ਤੇ ਉਸ ਤੋਂ ਬਾਅਦ 36 ਤੋਂ ਬਾਅਦ ਕਲੈਰਿਟੀ ਦੀ ਜ਼ਿੰਦਗੀ ਆਤਮਾ ਦੇ ਨਾਲ ਜੁੜ ਕੇ ਆਤਮ ਵਿਸ਼ਵਾਸ ਦੀ ਜ਼ਿੰਦਗੀ ਆਤਮ ਵਿਸ਼ਵਾਸ ਨੂੰ ਅਗਰ ਸਮਝਣਾ ਹੋਵੇ ਨਾ ਤੇ ਆਤਮਾ ਨਾਲ ਸੰਪਰਕ ਹੈ ਸਭ ਕੁਝ ਇੱਥੇ ਹੀ ਅੰਦਰ ਸਮੁੰਦਰ ਨਾਲ ਵੱਧ ਹੈ ਬਸ ਰੜਕਨ ਦੀ ਲੋੜ ਜਿਵੇਂ ਮਧਾਣੀ ਮਾਰੀ ਦੀ ਹੈ ਨਾ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਦੀ ਲੋੜ ਹੈ ਹੁਣ ਜਦੋਂ ਜੇਲ੍ਹ ਦੀ ਗੱਲ ਕੀਤੀ ਏਕਤਾ ਜਿਹੜੀ ਹੈ ਉਹ ਜੇਲ੍ਹ ਦੀ ਵੀ ਹੁੰਦੀ ਹੈ ਲੇਕਿਨ ਉਹਦੇ ਚ ਬੰਦਨ ਨਹੀਂ ਹੂੰ ਤੁਹਾਡੀ ਆਜ਼ਾਦੀ ਤੇ ਪਾਬੰਦੀਆਂ ਨੇ ਮੈਂ ਉਸ ਏਕਤਾ ਨਾਲ ਜੁੜਿਆ ਹੋਇਆ ਹਾਂ ਜਿਹੜੀ ਬਾਬਾ ਸਾਹਿਬ ਭੀਮrao ਅੰਬੇਦਕਰ ਨੇ ਸਿਰਜੀ ਹੈ ਅੱਡ ਅੱਡ ਭਾਸ਼ਾਵਾਂ ਹੂੰ ਅੱਡ ਅੱਡ ਕਲਚਰ ਹੂੰ ਅੱਡ ਅੱਡ ਖਾਣੇ ਪਾਣੀ ਅੱਡ ਅੱਡ ਟੋਟਲੀ ਅੱਡ ਜ਼ਿੰਦਗੀ ਰਹਿਣ ਦਾ ਟੰਗ ਤਾਮਲਾਡੂ ਕਸ਼ਮੀਰ ਵੈਸਟਰ ਬੰਗਾਲ ਉਧਰ ਚਲਾਇਆ ਮਹਾਰਾਸ਼ਟਰ ਪਰ ਅਸੀਂ ਇੱਕ ਪਰਿਵਾਰ ਦੀ ਏਕਤਾ ਚ ਛਿਰਜੇ ਹੋਇਆ ਉਹ ਅੱਡ ਅੱਡ ਮਣ ਕੇ ਇੱਕ ਸੂਤਰ ਚ ਪਾ ਕੇ ਪਰਿਵਾਰ ਦੀ ਏਕਤਾ ਨਾਲ ਅਖੰਡ ਭਰ ਚ ਛਿਰਜੇ ਹੋਇਆ ਉਹ ਜਿਹੜੀ ਫ੍ਰਾਟਰਨਿਟੀ ਹੈ ਮੈਂ ਉਹਨੂੰ ਮੰਨਦਾ ਗੁਰੂਆਂ ਪੀਰਾਂ ਨੇ ਵੀ ਉਸੇ ਨੂੰ ਮੰਨਿਆ ਮਾਨਸਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਖਾਲਸਾ ਰਚਿਆ ਸਮਝਿਆ ਨਹੀਂ ਜਾਤ ਪਾਤ ਮਟਾਈ ਉੱਚ ਨੀਚ ਮਟਾਈ ਭਗਵਾਨ ਰਾਮ ਨੇ ਵੀ ਸਬਰੀ ਦੇ ਬੇਰ ਖਾਦੇ ਝੂਠੇ ਹੈ वचनबद्धता दी ਪ੍ਰਕਾਸ਼ਠਾ ਸੀ ਪਿਓ ਦੇ ਵਚਨ ਖਾਤਰ 14 ਸਾਲ ਬਨਵਾਸ ਕੱਟਿਆ ਇਹਨਾਂ ਤੋਂ ਸੇਧ ਲੈ ਕੇ ਜਿਹੜਾ ਕਨਸਟੀਟਿਊਸ਼ਨ ਬਣਿਆ ਹੈ ਰਾਜਨੀਤੀ ਦੇ ਵਿੱਚ ਸੇਧ ਮੈਂ ਉਸ ਕਨਸਟੀਟਿਊਸ਼ਨ ਚ ਲੈਣਾ ਔਰ ਕਨਸਟੀਟਿਊਸ਼ਨ ਚੋਂ ਸੇਧ ਇਹ ਹੈ ਵੀ 3 ਕਰੋੜ ਪੰਜਾਬੀ ਮੇਰੇ ਰੱਬ ਨੇ ਇਹ ਆਖਰੀ ਮਿਸ਼ਨ ਹੈ ਮੇਰੀ ਜ਼ਿੰਦਗੀ ਦੀ ਇਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਤਬਦੀਲ ਕਰਨੀ ਹੈ ਪੰਜਾਬ ਜਿਹੜਾ 81 ਚ ਨੰਬਰ 1 ਸੀ ਅੱਜ ਮੀਜ਼ੋਰਾਮ ਤੋਂ ਉੱਤੇ ਆ ਬਸ 27ਵੇਂ ਨੰਬਰ ਤੇ ਖੜਾ ਹੈ ਕਾਦੇ ਚ ਕਾਦੇ ਚ ਡੈਟ ਜੀਡੀਪੀ ਰੇਸ਼ੋ ਚ ਵੀ ਅਸੀਂ ਕਰਜ਼ਾਈ ਹੋ ਕੇ ਜੀ ਰਹੇ ਆ ਸਾਡੀ ਜਿਹੜੀ ਇਨਕਮ ਹੈ ਇੱਕ ਬੰਦੇ ਦੀ ਇਨਕਮ ਜਿਵੇਂ ਤੇਰੀ ਇਨਕਮ ਐਵਰੇਜ ਬੰਦੇ ਦੀ ਇਨਕਮ ਹੈ ਉਹ 1.5 ਲੱਖ ਰੁਪਏ ਤੋਂ ਉੱਤੇ ਆ ਬਸ 1,70,000 ਐਵਰੇਜ ਬੰਦੇ ਦੀ ਹਿੰਦੂਸਤਾਨੀ ਦੀ ਇਨਕਮ 7 ਲੱਖ ਐਵਰੇਜ ਆਸਟ੍ਰੇਲੀਅਨ ਦੀ ਇਨਕਮ 44 43-44 ਲੱਖ ਇੱਕ ਸਾਲ ਦੀ ਸਾਡੀ 1,80 ਹਿੰਦੂਸਤਾਨੀ ਦੀ 7 ਲੱਖ ਠੀਕ ਹੈ ਅਮਰੀਕਨ ਦੀ 51 52 ਲੱਖ ਸਿੰਗਾਪੁਰ ਵਾਲੇ ਦੀ 68 ਲੱਖ ਇੱਕ ਸਾਲ ਦੀ ਇੱਕ ਬੰਦੇ ਦੀ ਹੂੰ ਤੇ ਸਾਡੀ 15000 ਰੁਪਏ ਮਹੀਨਾ ਇੱਕ ਸਾਲ ਦੀ 1 ਲੱਖ 80 ਇਹ ਕਿੱਥੇ ਆ ਗਏ ਸੀ ਇਹ ਕਿਉਂ ਹੋਇਆ ਇਹਦਾ ਚਿੰਤਨ ਕਰ ਇਹਨੂੰ ਬਦਲ ਸਕਦੇ ਹਾਂ ਅਸੀਂ ਅਗਰ ਸਿਆਸਤ ਤਾਂ ਦੰਦਾ ਨਾ ਰਹੇ ਅਗਰ ਇੱਕ ਐਸਾ ਸਿਸਟਮ ਸਿਰਜਿਆ ਜਾਏ ਜਿਹੜਾ ਨਕਲ ਮਾਰ ਕੇ ਭਗਵੰਤ ਲਿਪ ਸਰਵਿਸ ਦਿੰਦਾ ਹੁੰਦਾ ਹੁਣ ਪਤੰਦਰ ਬਦਲੀ ਗਿਆ ਬਿਲਕੁਲ ਹੈ ਸਮਝਿਆ ਨਹੀਂ ਉਹ ਸਿਸਟਮ ਨੂੰ ਬਦਲਣ ਦੀ ਖਾਤਰ ਲੜਾਈ ਲੜ ਰਿਹਾ 20 ਸਾਲ ਦਾ ਉੱਥੇ ਹੀ ਖੜਾ ਕਿਸੇ ਚੀਜ਼ ਤੋਂ ਪਿੱਛੇ ਨਹੀਂ ਹਟਿਆ ਕਿਸੇ ਚੀਜ਼ ਤੋਂ ਬਦਲਿਆ ਨਹੀਂ ਕੋਈ ਮੇਰਾ ਸਟੈਂਡ ਦੇਖ ਲੈ ਜੋ 20 ਸਾਲ ਪਹਿਲਾਂ ਸੀ ਉਹ ਵੀ ਅੱਜ ਹੈ ਸਮਝਿਆ ਨਹੀਂ ਇਸ ਕਰਕੇ ਮੇਰੀ ਜ਼ਿੰਦਗੀ ਨੂੰ ਇਹਨਾਂ ਦੋ ਹਿੱਸਿਆਂ 'ਚ ਦੇਖਣਾ ਚਾਹੀਦਾ ਕੋਈ ਅਸੀਂ ਤਮੰਨਾ ਚਾਹੇ 5 ਵਾਰ ਐਮਪੀ 20 ਸਾਲ ਕ੍ਰਿਕਟ 25 ਸਾਲ ਟੈਲੀਵਿਜ਼ਨ ਕਮੈਂਟਰੀਆਂ ਮੋਟੀਵੇਸ਼ਨਲ ਟਾਕਸ ਫਿਲਮਾਂ ਛੱਡੇ ਹੀ ਕੁਝ ਨਹੀਂ ਜ਼ਿੰਦਗੀ 'ਚ ਲੇਕਿਨ ਇਹ ਜਿਹੜਾ ਹੈ ਨਾ ਮਨਸੂਬਾ ਇਹ ਸਭ ਤੋਂ ਵੱਡਾ ਹੈ ਕਿਉਂਕਿ ਇੱਥੇ ਤੁਸੀਂ ਆਪਣਾ ਭਲਾ ਨਹੀਂ ਕਰ ਰਹੇ ਇੱਥੇ ਤੁਸੀਂ ਲੋਕਾਂ ਦੀ ਜ਼ਿੰਦਗੀ ਨੂੰ ਤਬਦੀਲ ਕਰ ਰਹੇ ਹੋ ਬਿਹਤਰੀ ਲਈ ਇਹ ਹੈ ਵੱਡੀ ਚੀਜ਼ ਵਸੇ ਤਾਂ ਮੈਨੂੰ ਜਿਹੜੀ ਮੈਂ ਚਲੋ ਜੇਲ੍ਹ ਵਾਲਾ ਸਵਾਲ ਪੁੱਛਿਆ ਸੀ ਇਹ ਮੇਰਾ ਪੂਰਨ ਯਕੀਨ ਹੈ ਵੀ ਆਪ ਇਸ ਜਿਹੜੇ ਅਗਲੇ 3 ਸਾਲ ਆਉਣ ਵਾਲੇ ਆ ਇਹਦੇ ਤੇ ਸਰਕਾਰ ਦੀ ਮਿਹਰਬਾਨੀ ਹੋ ਮਿਹਰਬਾਨੀ ਹੋ ਜਾਣੀ ਹੈ ਤੇ ਮੈਂ ਵੀ ਉਹ ਐਕਸਪੀਰੀਅੰਸ ਕਰ ਲੂੰਗਾ ਜੇਲਾ ਨਾਲ ਤੇ ਜੇਲ੍ਹ ਦੀ ਗੱਲ ਦੇਖੋ ਇੱਕ ਦਿਨ ਮੈਂ ਬੜੀ ਵਧੀਆ ਤੰਪ ਸਵਾਲ ਕੀਤਾ ਦੇਖੋ ਬੇਟਾ ਜ਼ਿੰਦਗੀ ਭੱਜ ਕੇ ਨਹੀਂ ਮਿਲਦੀ ਜ਼ਿੰਦਗੀ ਦੌੜ ਕੇ ਨਹੀਂ ਮਿਲਦੀ ਜ਼ਿੰਦਗੀ ਠਹਿਰ ਕੇ ਮਿਲਦੀ ਹਾਂ ਜੇਲ੍ਹ 'ਚ ਠਹਿਰਨ ਦਾ ਮੌਕਾ ਮੈਂ ਠਹਿਰ ਕੇ ਅੰਦਰ ਰਹਿਣ ਦਾ ਮੌਕਾ ਮਿਲਿਆ ਤਪੱਸਿਆ ਦਾ ਮੌਕਾ ਸਹੀ ਤਾਂ ਤਾਂ ਹੀ ਆਇਆ ਦੇਖੋ ਤੇਰੇ ਸਾਹਮਣੇ ਇਹ ਬਦਲਾਅ ਦਿਖਦਾ ਹੈ ਬਦਲਾਅ ਦੇਖੋ ਬਦਲਾਅ ਇਹ ਨਹੀਂ ਹੁੰਦਾ ਮੈਂ ਦੱਸਾਂ ਵੀ ਆ ਬਦਲਾਅ ਬਦਲਾਅ ਦਿਖੇ ਉਹ ਬਦਲਾਅ ਮੈਨੂੰ ਇਹ ਮੈਨੂੰ ਇਹ ਲੱਗਦਾ ਜਿਹੜੇ ਬੰਦਿਆਂ ਮੈਂ ਪੜਿਆ ਜਾਂ ਸੁਣਿਆ ਉਹ ਕਹਿੰਦੇ ਵੀ ਜੇਲ੍ਹ 'ਚ ਰਹਿ ਕੇ ਤੁਹਾਨੂੰ ਇਹ ਪਤਾ ਲੱਗ ਜਾਂਦਾ ਵੀ ਜਿਹੜਿਆਂ ਨਾਲ ਬਾਹਰ ਵਿੱਚ ਝਗੜ ਰਹੇ ਹਨ ਲੜ ਰਹੇ ਹਨ ਉਹ ਬੰਦਿਆਂ 'ਚ ਲੜਾਈ ਇਹ ਨਹੀਂ ਮੈਨੇ ਹੀ ਨਹੀਂ ਰੱਖਦੀ ਮੈਂ ਕਹਿੰਨਾ ਬੰਦਿਆਂ ਦੀ ਲੜਾਈ ਨਹੀਂ ਮੇਰਾ ਬਿਲਕੁਲ ਹੀ ਬਦਲ ਗਿਆ ਹੈ ਹਿਸਾਬ ਤਾਬ ਬੰਦਿਆਂ ਨਾਲ ਲੜਾਈ ਹੈ ਨਹੀਂ ਵਿਚਾਰਧਾਰਾ ਦੀ ਲੜਾਈ ਹੈ ਲੋਕਾਂ ਦੇ ਉਹ ਥਾਨ ਦੀ ਲੜਾਈ ਹੈ ਪੰਜਾਬ ਦੇ ਰਿਵਾਈਵਲ ਦੀ ਲੜਾਈ ਹੈ ਇਹਦੇ 'ਚ ਦੋ ਧੜੇ ਬਣ ਗਏ ਇੱਕ ਕਹਿੰਦੇ ਆ ਭੈ ਸਿਆਸਤ ਹੈਗੀ ਤੰਦਾ ਦੂਜੇ ਕਹਿੰਦੇ ਆ ਸਿਆਸਤ ਹੈਗੀ ਸੇਵਾ ਹੁਣ ਖਲਕਤ ਦੋ ਧੜਿਆਂ ਚ ਵੰਡੀ ਇੱਕ ਜੌਂਕਾਂ ਦਾ ਇੱਕ ਲੋਕਾਂ ਦਾ ਮੈਂ ਲੋਕਾਂ ਕੋਲ ਜਾਣਾ ਅੱਗੇ ਸਰਕਾਰਾਂ ਬਣਾ ਕੇ ਦਿੱਤੀਆਂ ਥੰਗੇ ਨਹੀਂ ਘਰੋਂ ਉਠਾ ਕੇ ਲਿਆਉਂਦੇ ਉਦੋਂ ਟੀਮ ਮੈਨ ਹੁੰਦਾ ਸੀ ਸਿੱਧੂ ਜਦੋਂ ਗੋਡੇ ਘੁੱਟ ਕੇ ਲੈ ਕੇ ਆਉਣੇ ਹੁੰਦੇ ਆਓ ਯਾਰ ਚੱਲੀਏ ਯਾਰ ਚਲੋ ਮੈਂ ਕਿਹਾ ਭਾਈ ਮੈਂ ਨਹੀਂ ਜਾਣਾ ਜਦੋਂ ਆ 2017 ਚ ਲਿਆਇਆ ਠੀਕ ਮੈਂ ਤਾਂ ਆਪਣਾ ਖਰਚ ਸੀ ਮੌਚ ਠੀਕ ਮੈਂ ਵਾਈਫ ਨੂੰ ਭੇਜਤਾ ਪ੍ਰਗਟ ਸਿੰਘ ਚ ਲਿਆ ਗਿਆ ਸੀ ਮੈਂ ਵੀ ਮੈਂ ਨਹੀਂ ਆਉਂਦਾ ਕਿਹੜਾ ਨਹੀਂ ਆਇਆ ਮੇਰੇ ਕੋਲ ਨਹੀਂ ਬਣਦੀ ਸਰ ਪ੍ਰਸ਼ਾਂਤ ਕਿਸ਼ੋਰ ਪ੍ਰਸ਼ਾਂਤ ਕਿਸ਼ੋਰ 60 ਵਾਰ ਨਹੀਂ ਬਣਦੀ ਸਰ 30ਾਂ ਦੇ ਖੜੇ ਆ 35ਾਂ ਦੇ ਖੜੇ ਆ 7-8% ਵੋਟ ਸਿੱਧੀ ਸਵਿੰਗ ਹੁੰਦੀ ਹੈ ਇਹ ਹੁੰਦਾ ਉਹ ਹੁੰਦਾ ਆ ਗਏ ਮੈਨੂੰ ਪਤਾ ਸੀ ਵੀ ਇਹ ਰਲ ਕੇ ਖੇਡਦੇ ਆ 75-25 ਖੇਡਦੇ ਆ ਕੈਪਟਨ ਸਾਹਿਬ ਬਾਰੇ ਮੈਂ ਪੂਰੀ ਤਰ੍ਹਾਂ ਉਹ ਸੀ ਨਹੀਂ ਮੰਨੇ ਲੈ ਆਏ ਵਾਈਫ ਹੋਰ ਸਾਰਿਆਂ ਨੇ ਸਮਝਾਇਆ ਪ੍ਰਗਟ ਠੀਕ ਹੈ ਜਦੋਂ ਆ ਗਏ ਉਹੀ ਹੋਇਆ ਮੈਨੂੰ ਐ ਦੱਸੋ ਮੁੱਖ ਮੰਤਰੀ ਆਏ ਸਰਦਾਰ ਬਾਦਲ ਜਦੋਂ ਪੁੱਠੀ ਗਿਣਤੀ ਅਸੀਂ ਪੁੱਠੀ ਰਾਤ ਤੁਰਨੀ ਸ਼ੁਰੂ ਹੋਏ ਆ ਉਹ 209798 ਤੋਂ ਸ਼ੁਰੂ ਹੋ ਗਈ ਠੀਕ ਹੈ 25 ਸਾਲ ਪੰਜ ਮੁੱਖ ਮੰਤਰੀ ਆ ਗਏ ਸਰਦਾਰ ਬਾਦਲ ਰਹੇ ਠੀਕ ਹੈ ਉਹਨਾਂ ਦੇ ਪਛੰਦੇ ਰਹੇ ਠੀਕ ਹੈ ਕੈਪਟਨ ਮਿੰਦਰ ਸਿੰਘ ਰਹਾ ਚੰਨ ਜੀ ਚੰਨੀ ਸਾਹਿਬ ਰਹੇ ਭਗਵੰਤ ਮਾਨ ਰਹੇ ਠੀਕ ਹੈ ਦਸ ਨੀਤੀਆਂ 'ਚ ਕੀ ਫਰਕ ਹੈ ਇੱਕ ਦਸ ਇਹ ਪੋਲਿਟਿਕਸ ਦੇ ਵਿੱਚ ਲੋਕਾਂ ਨੂੰ ਜਿਤਾ ਕੇ ਲਿਆਂਦਾ ਸੀ ਇਹ ਕੀ ਕਹਿ ਕੇ ਆਏ ਸੀ ਵੀ ਜੋਗਾ ਕਰਾਵਾਂਗੇ ਇਹ ਕੀ ਕਹਿ ਕੇ ਆਏ ਸੀ ਵੀ ਅਸੀਂ ਆਪਣੇ ਬੱਚਿਆਂ ਦੇ ਟੈਸਟ ਨਹੀਂ ਕਰਾਵਾਂਗੇ ਜੈਂਡਰ ਟੈਸਟ ਉਹ ਤਾਂ ਪੰਜਾਬ ਚ ਵੈਸੇ ਵੀ ਨਹੀਂ ਮਤਲਬ ਮੈਂ ਦੱਸ ਵੀ ਨਹੀਂ ਸੀ ਮਤਲਬ ਦੇਖੋ ਤਾਂ ਸਹੀ ਤੁਸੀਂ ਕਿੱਥੇ ਉਤਰ ਕੇ ਆਇਆ ਹੈ ਇਹ ਕਿੱਥੇ ਚਲੇ ਗਿਆ ਕੀ ਕਹਿ ਕੇ ਆਏ ਸੀ 1100 ਰੁਪਏ ਦੇ ਕੀ ਕਹਿ ਕੇ ਆਏ ਸੀ 40000 ਕਰੋੜ ਦੀ ਮਾਫੀ ਦੀ ਮਾਫੀ ਇਹਦੀ ਚੋਰੀ ਰੋਕਾਂਗੇ ਡਬਲ ਡਬਲ ਕਰਾਂਗੇ ਇਹ ਕੀ ਕਹਿ ਕੇ ਆਏ ਸੀ ਇਹ ਕਹਿ ਕੇ ਆਏ ਸੀ ਵੀ ਪੀਲੀਆਂ ਪਗਮਨ ਕੇ ਅਰਦਾਸ ਕਰੋ ਇਹ ਕਹਿ ਕੇ ਜੋਗਾ ਕਰੋ ਇਹ ਕਹਿ ਕੇ ਅਸੀਂ ਵੀ ਤੀਰਥ ਤੀਰਥ ਯਾਤਰਾ ਕਰਾਵਾਂਗੇ ਹੈ ਜਿਹਦੇ ਪੱਲੇ ਕੁਝ ਨਹੀਂ ਹੁੰਦਾ ਉਹ ਇਹ ਜੀਆਂ ਗੱਲਾਂ ਕਰਦਾ ਫਿਰ ਪਰ ਸਿੱਧੂ ਸਾਹਿਬ ਜਿਵੇਂ ਲੋਕਾਂ ਦੇ ਪੱਖ ਤੋਂ ਇੱਕ ਗੱਲ ਕਰਾਂ ਮੈਂ ਵੀ ਜ਼ਮੀਨ ਤੇ ਹਨਾ ਲੋਕਾਂ ਨਾਲ ਬਹੁਤ ਵਿਚਾਰਨਾ ਬਿਲਕੁਲ ਉਹਨਾਂ ਨੇ ਤਾਂ ਇੱਕ ਜਿੰਨਾ ਵੀ ਚੇਂਜ ਕਰ ਸਕਦੇ ਸੀਗੇ ਆਪਦੇ ਵੱਲੋਂ ਠੀਕ ਹੈ ਇੱਕ ਵੱਡਾ ਚੇਂਜ ਆਪਦੇ ਵੀ ਸਾਰਾ ਕੁਝ ਹੀ ਢਾ ਕੇ ਵੀ ਅਸੀਂ ਤਾਂ ਭਾਈ ਹੁਣ ਆ ਬਣਾਤਾ ਹੁਣ ਪਰਫਾਰਮ ਹੋ ਵੀ ਨਹੀਂ ਕਰ ਰਿਹਾ ਜਿਹੜਾ ਨਵਾਂ ਅੰਗਰੇਜ਼ੀ ਚ ਇੱਕ ਕਹਾਵਤ ਹੈ ਹਾਂ ਚੇਂਜ ਇਜ਼ ਨਾਟ ਨੈਸੈਸਰਲੀ ਪ੍ਰੋਗਰੈਸ ਬਦਲਾਵ ਜ਼ਰੂਰੀ ਨਹੀਂ ਹੈ ਪ੍ਰਗਤੀ ਲੈ ਕੇ ਆਉਂਦਾ ਪੰਜਾਬ ਦੇ ਲੋਕਾਂ ਨੇ ਸੱਚੀਆਂ ਪਾਈਆਂ ਵੋਟਾਂ ਭਈ ਭਾਈ ਇਹ ਬਦਲਣਾ ਰਲ ਕੇ ਖੇਡਦੇ ਆ ਇਹ ਫਲਾਨਾ ਹੈ ਇਹ ਰਲੇ ਮਿਲੇ ਨੇ ਹੈ ਇਹ 75 25 ਨੇ ਅਸੀਂ ਨਵੇਂ ਬੰਦੇ ਲੈ ਕੇ ਆਏ ਫਰ ਨਵੇਂ ਬੰਦੇ ਕੀ ਜਦੋਂ 70000 ਕਰੋੜ ਰੁਪਈਆ ਇੱਕ ਸਾਲ ਦਾ ਆਉਂਦਾ ਉਹਨੂੰ ਨਾ ਕਰਨੀ ਕਿੰਨੀ ਕੌਕੀ ਹੈ ਉੱਚੇ ਜੱਟ ਟੋਰਾ ਲੱਭਿਆ ਪਾਣੀ ਪੀ ਪੀ ਆਫਰਿਆ ਜਦੋਂ ਜਿਹੜੇ ਸੱਤਾ ਹੀ ਹੈ ਹੀ ਨਹੀਂ ਸੀ ਕਦੇ ਉਹਨਾਂ ਨੂੰ ਤੁਸੀਂ ਕਿਦਾਂ ਟੈਸਟ ਕਰ ਸਕਦੇ ਹੋ ਸੱਤਾ ਆਈ ਸਭ ਆਫਰ ਗਏ ਦੇਖ ਲੈ ਅੱਜ ਉਸ ਤੋਂ ਵੱਧ ਚੋਰੀ ਹੋ ਰਹੀ ਹੈ ਉਸ ਤੋਂ ਵੱਧ ਕਰਪਸ਼ਨ ਹੈ ਤਹਿਸੀਲ ਚ ਚਲੇ ਜਾ ਠੀਕ ਹੈ ਉੱਥੇ ਕਰਪਸ਼ਨ ਮਿਊਨਿਸਪੈਲਿਟੀ ਚ ਚਲੇ ਜਾ ਉੱਥੇ ਕਰਪਸ਼ਨ ਪੁਲਿਸ ਚ ਚਲੇ ਜਾ ਉੱਥੇ ਕਰਪਸ਼ਨ ਕਿਹੜੀ ਥਾਂ ਹੈ ਜਿੱਥੇ ਬਗੈਰ ਪੈਸਿਆਂ ਦੇ ਕੰਮ ਹੁੰਦਾ ਮੈਨੂੰ ਇੱਕ ਥਾਂ ਦੱਸ ਚੱਲ ਇੱਕ ਗੱਲ ਕਰ ਨੰਬਰ 2 ਰੇਤੇ ਦੀ ਟਰਾਲੀ 21000 ਦੀ ਚੰਨਜੀ ਚਨੀ ਵੇਲੇ 3000 ਦੀ ਸੀ ਇੱਕ ਹੋਰ ਵੀ ਦੱਸ ਉਹਦਾ ਇੱਕ ਡਿਫਰੈਂਸ ਮਤਲਬ ਮੈਂ ਨੋਟ ਕਰਿਆ ਹੈਨਾ ਮੈਨੂੰ ਕੋਈ ਨਹੀਂ ਵੀ ਕਿਸੇ ਦੇ ਹੱਕ ਜਾਵੇ ਬਰੋਚ ਆਵੇ ਉੱਥੇ ਪਹਿਲਾਂ ਰੋਪੜ ਏਰੀਏ ਦੇ ਵਿੱਚ ਵੀ ਜੇ ਕਿਸੇ ਨੂੰ ਪਿੰਡ 'ਚ ਲੋਡ-ਲੂਡ ਹੁੰਦੀ ਸੀ ਉਹ ਕਹਿੰਦੇ ਵੀ ਅਸੀਂ ਭਰਪੂਰ ਲਿਆਉਂਦੇ ਸੀ ਉਹ ਆਮ ਬੰਦੇ ਤੇ ਉੱਥੇ ਵੀ ਪਾਬੰਦੀ ਹੁਣ ਲੱਗ ਗਈ ਉਹ ਆਮੰਦਾਨੀ ਭਰ ਕੇ ਮੈਂ ਕਿਹਾ ਆਮ ਬੰਦਾ 80000 ਕਰੋੜ ਰੁਪਇਆ ਟੈਕਸ ਦੇ ਰਿਹਾ 50 ਸਾਲ ਜਿਹੜਾ ਇਹ ਸਮਝਣ ਵਾਲੀ ਗੱਲ ਹੈ ਹਰ ਬੰਦੇ ਨੂੰ ਸਮਝਣਾ ਚਾਹੀਦਾ ਇਹ ਕਿ ਜਿਹੜਾ ਪੰਜਾਬ ਦਾ ਖਜ਼ਾਨਾ ਹੈ ਉਹਦੇ 60 70000 ਕਰੋੜ ਰੁਪਏ ਮਿਨੀਮਮ ਨੇ ਤਾਮਲਾਡੂ 50000 ਕਰੋੜ ਰੁਪਇਆ ਤਾਂ ਕੱਲੀ ਸ਼ਰਾਬ ਚੋਂ ਨਿਕਲ ਲੈਂਦਾ ਐਸਾ ਕਰਦੇ ਕੀ ਆ ਉਹ ਦੇਖ ਲੈ ਕੀ ਕਰਤੇ ਮੈਂ ਦੱਸਦਾ ਮੈਂ ਬਹੁਤ ਕਾਰਪੋਰੇਸ਼ਨ ਹਾਂ ਕਾਰਪੋਰੇਸ਼ਨ ਹੈ ਸਾਰਾ ਕੁਝ ਸਟੇਟ ਓਨਡ ਹੈ ਸ਼ਰਾਬ ਸਟੇਟ ਪ੍ਰੋਡਿਊਸ ਕਰਦਾ ਹੈ ਕੋਈ ਡਿਸਟਿਲਰੀ ਕਿਸੇ ਦੀ ਨਹੀਂ ਇੰਡੀਵਿਜੂਅਲ ਕਿਸੇ ਦੀ ਨਹੀਂ ਠੀਕ ਹੈ ਸਟੇਟ ਪ੍ਰੋਡਿਊਸ ਕਰਦੀ ਹੈ ਸਟੇਟ 50000 ਬੰਦੇ ਨੂੰ ਨੌਕਰੀ ਦਿੰਦੀ ਹੈ 50000 ਬੰਦਿਆਂ ਨੂੰ 300 ਹਾਂਜੀ ਹਾਂ 300 ਕਰੋੜ ਟੈਂਕ ਟੈਸਮੈਕ ਨੌਕਰੀ ਦਿੰਦਾ ਹੈ ਆਮਦਨ ਇੱਕ ਸਾਲ ਦੀ 48000 ਕਰੋੜ ਰੁਪਈਆ ਕੋਈ ਠੇਕੇਦਾਰੀ ਸਿਸਟਮ ਨਹੀਂ ਹੈ ਮੈਂ ਤਾਂ ਹੀ ਤਾਂ ਪੁੱਛਦਾ ਭਗਵੰਤ ਨੂੰ ਵੀ ਐਲ 1 ਦੇ ਲਾਇਸੈਂਸ ਕਿਹਨੂੰ ਦਿੱਤੇ ਦੱਸ ਉਹ ਸਾਰੇ ਆਕਸ਼ਨ ਹੁੰਦੇ ਆ ਆਕਸ਼ਨ ਦੇ ਪੈਸੇ ਸਿੱਧੇ ਸਟੇਟ ਦੇ ਖਜ਼ਾਨੇ ਚ ਜਾਣੇ ਚਾਹੁੰਦੇ ਆ ਕੋਈ ਠੇਕੇਦਾਰ ਨਹੀਂ ਕੋਈ ਕਾਟਲ ਨਹੀਂ ਸਮਝਿਆ ਨਹੀਂ ਸਾਰਾ ਸਟੇਟ ਦਾ ਹੈ ਸ਼ਰਾਬ ਦੇ ਉੱਤੇ ਚਿਪ ਲੱਗਦੀ ਹੈ ਚਿਪ ਮੈਂ ਕਹਿੰਦਾ ਚਿਪ ਤੁਹਾਨੂੰ ਇਹਨਾਂ ਦੱਸ ਦੂ ਵੀ ਕਿਲੋਮੀਟਰ ਬੋਤਲ ਕਿੱਧਰ ਗਈ ਹੈ ਕਿੱਧਰ ਨਹੀਂ ਗਈ ਕੋਈ ਜਾਲੀ ਸ਼ਰਾਬ ਨਹੀਂ ਕੋਈ ਸਮਗਲਿੰਗ ਨਹੀਂ ਸਟੇਟ ਨੇ ਵੇਚਣੀ ਹੈ ਸਟੇਟ ਦੇ ਠੇਕੇ ਹੈ ਤੇ ਉਹਨਾਂ ਠੇਕਿਆਂ ਦੇ ਵਿੱਚ ਵੇਚ ਕੇ ਵੇਚਣਾਂ ਤਾਂ ਗੱਲ ਹੀ ਛੱਡ ਜਿਹੜਾ ਠੇਕੇ ਲੈਣ ਦੇ ਲਈ ਜਿਹੜੀਆਂ ਪਰਚੀਆਂ ਆਉਂਦੀਆਂ ਉਹਨਾਂ ਨੇ ਕਿਹਾ ਭਾਈ ਅਸੀਂ 2600 ਠੇਕੇ ਆ ਜੀ ਸਾਡੇ ਠੀਕ ਹੈ 2600 ਠੇਕੇ తెలంగాణਾ ਨੇ ਕਿਹਾ 2600 ਠੇਕੇ ਦੀ 2 ਲੱਖ ਰੁਪਏ ਫੀਸ ਠੀਕ ਹੈ ਨੌਨ ਰਿਫੰਡੇਬਲ ਮਿਲ ਗਿਆ ਮਿਲ ਗਿਆ ਨਹੀਂ ਮਿਲ ਕੇ ਨਾ ਠੀਕ ਹੈ 2 ਲੱਖ ਫੀਸ ਤੁਹਾਨੂੰ ਵਾਪਸ ਨਹੀਂ ਮਿਲਣੀ ਇੱਕ 136000 ਬੰਦਿਆਂ ਨੇ ਫੀਸ ਭਰੀ 2600 ਠੇਕਿਆਂ ਲਈ ਬਗੈਰ ਸ਼ਰਾਬ ਦੀ ਇੱਕ ਬੂੰਦ ਵਿੱਚੇ ਉਹਨਾਂ ਨੇ 5000 ਕਰੋੜ ਰੁਪਏ ਇਕੱਠਾ ਕਰ ਲਿਆ ਇਹ ਸਾਰੇ ਸਾਲ ਚ ਸ਼ਰਾਬ ਵੇਚ ਕੇ 5000 ਕਰੋੜ ਕਮਾਉਂਦੇ ਨੇ ਨਹੀਂ ਕਿਤੇ ਤਾਮਿਲ ਲਾਡੂ ਵਾਲੇ ਆਏ ਤਾਂ ਨਹੀਂ ਪੀਂਦੀ ਬਾੜੀ ਹੋਣਾ ਆਪਣੀ ਮੈਂ ਕਹਿੰਦਾ ਤਾਮਿਲ ਲਾਡ ਤਾਮਿਲ ਲਾਡੂ ਦੀ ਖਬਰ ਅੱਧੀ ਪੰਜਾਵ ਨੂੰ ਹਾਂਜੀ ਆ ਸਾਡੇ ਵਾਲੇ ਤਾਂ ਸੁਖਣਾ ਲੇਕ ਪੀ ਜਾਂਦੇ ਆ ਜਿੱਦੀ ਚਾਰ ਦਾਰੂ ਪੀ ਜਾਂਦੇ ਸਮਝਿਆ ਨਹੀਂ ਉਹਨਾਂ ਦੀ తెలంగాణ ਦੀ ਉਹ 30000 ਕਰੋੜ ਕਮਾਉਂਦੇ ਆ ਠੀਕ ਹੈ ਤਿੰਨ ਸਟੇਟ ਇਹ ਜਿਹਨੇ ਜੇ 30 35 35000 ਕਰੋੜ ਰੁਪਏ ਕਮਾਉਂਦੇ ਖੱਪ ਤਾਂ ਨਾ ਅੱਧੀ ਇੱਥੇ ਸਮੱਗਲਿੰਗ ਇੱਥੇ ਇੱਕ ਡਿਸਟ੍ਰਿਕਟ ਤੋਂ ਦੂਜੇ ਡਿਸਟ੍ਰਿਕਟ ਚ ਲੈ ਜਾਓ ਪਾਲਿਸੀਆਂ ਦੇਖੋ ਕਹਿੰਦੀਆਂ ਬਣਾਈਆਂ ਹੋਈਆਂ ਨੇ ਹੈ ਇੱਥੇ ਨਕਲੀ ਸ਼ਰਾਬ ਇੱਥੇ ਲੋਕ ਜ਼ਹਿਰ ਪੀ ਪੀ ਮਰੀ ਜਾਂਦੇ ਆ ਠੀਕ ਐ ਐਕਸਾਈਜ਼ ਡਿਊਟੀ ਵਧਾ ਦਿੰਦੇ ਆ ਜੱਜ ਜੀ ਕਰਦਾ ਪਿਓ ਵਾਲਾ ਕਾਟਲ ਚਲਾਉਂਦੇ ਠੀਕ ਐ ਕਿਉਂ ਬਈ ਮੈਨੂੰ ਰਸ ਕਿਹੜੇ ਗਰੀਬ ਨੂੰ ਰੇਤ ਦੀ ਟਰਾਲੀ ਦਿੱਤੀ ਐ 2000 ਰੁਪਏ ਦੀ ਤੁਸੀਂ ਤਾਂ ਜਾ ਕੇ ਗਵਰਨਰ ਨੂੰ ਜਾ ਕੇ ਉਹ ਦਿੰਦੇ ਹੁੰਦੇ ਐ ਕਰਕੇ ਗਵਰਨਰ ਦੇ ਕੋਲ ਖੜਦੇ ਹੁੰਦੇ ਵੀ ਅਸੀਂ ਆਹ ਬਦਲਾਂਗੇ ਅਸੀਂ ਆਹ ਬਦਲਾਂਗੇ ਕੀ ਬਦਲਿਆ ਤੁਸੀਂ ਆਪ ਦੇ ਆਪ ਨੂੰ ਤਾਂ ਬਦਲ ਨਹੀਂ ਸਕਿਓ ਸਿੱਧੂ ਸਾਹਿਬ ਜੋ ਤੁਸੀਂ ਤਾਂ ਚਲੋ ਬਹੁਤ ਸਰਕਾਰਾਂ ਵੀ ਸੱਤਾ ਵੀ ਦੇਖੀ ਆ ਫਰਕ ਕੀ ਪੈ ਜਾਂਦਾ ਜਦੋਂ ਇਹ ਕੁਰਸੀ ਤੇ ਬਹਿ ਜਾਂਦੇ ਆ ਐਂ ਕਿਉਂ ਜਿਸ ਨੂੰ ਹੀ ਕਿਉਂ ਫੜੇ ਫਰਕ ਇੰਨਾ ਹੀ ਆ ਬਸ ਇੰਨਾ ਹੀ ਆ ਫਰਕ ਕਿ ਤੁਸੀਂ ਸੱਤਾ ਦੇ ਵਿੱਚ ਧੰਦਾ ਕਰਨ ਆਏ ਹੋ ਜਾਂ ਸੱਤਾ ਦੇ ਵਿੱਚ ਲੋਕਾਂ ਦੀ ਭਲਾਈ ਵਾਸਤੇ ਆਏ ਸੰਵਿਧਾਨ ਕਹਿੰਦਾ ਲੋਕਾਂ ਦੀ ਤਾਕਤ ਲੋਕਾਂ ਦੇ ਵਾਸਤੇ ਲੋਕਾਂ ਨੂੰ ਹਿੱਸੇਦਾਰ ਬਣਾਓ ਭਾਗੀਦਾਰ ਬਣਾਓ ਲੋਕਾਂ ਦੀ ਤਾਕਤ ਲੋਕਾਂ ਨੂੰ ਮੋੜੋ ਜਿਵੇਂ ਬੱਦਲ ਪਾਣੀ ਖਿੱਚਦਾ ਹੈ ਸਮੁੰਦਰ ਚੋਂ ਨਦੀਆਂ ਚ ਭਰੌਂਦਾ ਧਰਤੀ ਤੇ ਭਰੌਂਦਾ 6 ਗੁਣਾ ਹੋ ਕੇ ਵਾਪਸ ਆਉਂਦਾ ਸਮੁੰਦਰ ਨੂੰ ਠੀਕ ਹੈ ਉਸ ਤਰ੍ਹਾਂ ਲੋਕਾਂ ਦੀ ਤਾਕਤ ਜਿਹੜੀ ਤੁਹਾਨੂੰ ਵੋਟਾਂ ਪਾ ਕੇ ਦਿੱਤੀ ਹੈ ਉਹ ਲੋਕਾਂ ਦੇ ਗੋਲ 4-5 ਗੁਣਾ ਡਿਵੈਲਪਮੈਂਟ ਨੌਕਰੀਆਂ ਦੇ ਹਿਸਾਬ ਦੇ ਨਾਲ ਹੁਣ ਹੁੰਦਾ ਕੀ ਹੈ 60-70 ਹਜ਼ਾਰ ਕਰੋੜ ਰੁਪਈਆ ਪੰਜਾਬ ਦਾ ਜਿਹੜਾ ਕਿ ਸੈਂਟਰ ਦੀਆਂ ਸਕੀਮਾਂ ਚ ਡਬਲ ਹੋਣਾ ਸੀ ਜਾ ਕੇ ਹਾਂ ਉਹਨਾਂ ਦੀ ਤੁਸੀਂ 40 ਪੈਸੇ ਪਾਓ 60 ਉੱਤੇ ਪਾ ਦਦੇ ਠੀਕ ਹੈ 60-70 ਕਰੋੜ ਜਿਹੜਾ 1.40 ਹਜ਼ਾਰ ਕਰੋੜ ਹੋਣਾ ਸੀ ਤੂੰ ਜੋ ਮਰਜ਼ੀ ਬਦਲ ਦੇ ਇੱਕ ਸਾਲ ਚ ਉਹ 60 ਖਾ ਜਾਂਦੇ ਆ ਉਹ ਡਬਲ ਨਹੀਂ ਹੁੰਦਾ ਤੇ ਸਰਕਾਰ ਚਲਾਉਂਦੇ ਆ ਰੋਜ਼ ਦਾ 100 ਕਰੋੜ ਰੁਪਈਆ ਲੈ ਕੇ ਹਰ ਰੋਜ਼ ਦੇ 90 ਕਰੋੜ ਰੁਪਏ ਸਰਕਾਰ ਕਰਜ਼ਾ ਚੁੱਕ ਰਹੀ ਹੈ ਜਵਾਕ ਜੰਮਦਾ ਇੱਕ ਲੱਖ 20 ਹਜ਼ਾਰ ਕਰਜ਼ਾ ਇਹ ਕੌਣ ਮੋੜਦਾ ਜਿਹੜਾ ਤਾਂ ਖਾ ਜਾਂਦੇ ਆ ਉਹਦੀਆਂ ਤਾਂ ਮੌਲਾਂ ਅਮਰੀਕਾ ਚ ਹਮ ਦਬਈ ਚ 1200 ਕਿੱਲੇ ਜ਼ਮੀਨ ਹਾਂਜੀ ਲੇਕੀ ਦਿਆ ਇਹ ਭਾਈ ਇਹ ਤਾਂ ਸਭ ਨੂੰ ਪਤਾ ਹੈ ਕਿਹਦੀ ਹੈ ਅੱਛਾ ਬਈ ਕਿੱਥੇ ਕਿੱਥੇ ਖਰੀਦੀਆਂ ਜਾਂਦੀਆਂ ਨੇ ਇਹ ਮੌਲਾ ਇਹ ਪਾਰਕਿੰਗ ਲੋਟ ਹੈ ਇਹ ਕਿਹਦੇ ਕਿਹਦੇ ਨੇ 100 ਬੰਦਿਆਂ ਦੇ ਹੀ ਨੇ ਬਸ ਠੀਕ ਹੈ ਕਿ ਨਹੀਂ ਤੇ ਪੰਜਾਬ ਦੇ ਲੋਕ ਜਿਹੜਾ ਕਰਜ਼ਾ ਚੁੱਕਦੇ ਆ ਇਹ ਜਿਹਦੇ ਨਾਲ ਸਰਕਾਰ ਚੱਲਦੀ ਹੈ 70000 ਕਰੋੜ ਰੁਪਈਆ ਇਨਡਾਇਰੈਕਟ ਟੈਕਸਾਂ ਚ ਲੋਗ ਤੇ ਟੈਕਸ ਤੇਲ ਤੇ ਟੈਕਸ ਪੈਟਰੋਲ ਤੇ ਟੈਕਸ ਡੀਜ਼ਲ ਤੇ ਟੈਕਸ ਕ腐ਸ਼ਨ ਆਰਡਰ ਹਮ ਸੰਸ ਬਣਾ ਕੇ ਦਿਖਾਵੇ ਕੋਈ ਇੱਕ ਇੱਕ ਮੁੱਦਾ ਮੈਂ ਹੋਰ ਜਿਹੜਾ ਮੈਨੂੰ ਲੱਗਦਾ ਸੀ ਵੀ ਸਰਕਾਰ ਵੇਲੇ ਪਹਿਲਾਂ ਬਹੁਤ ਜ਼ਿਆਦਾ ਇਹਨਾਂ ਨੇ ਚੱਕਿਆ ਸੀ ਉਸੇ ਪੰਜਾਬ ਚ ਚਿੱਟੇ ਦਾ ਮੁੱਦਾ ਆ ਅ ਇੱਥੋਂ ਤੱਕ ਵੀ ਤੁਸੀਂ ਜਾ ਵੈਸਟਰਨ ਮਾਲਵਾ ਤਾਂ ਸਾਡਾ ਖਾਸ ਤੌਰ ਤੇ ਲੋਕ ਚਾਓ ਵਿਚਾਰੇ ਰੋਂਦੇ ਆ ਛੋਟੇ ਪਾਈ ਮੈਂ ਤੈਨੂੰ ਅੱਜ ਵੀ ਰੋਂਦੇ ਹਾਂ ਇਹਨੂੰ ਕਾਂਗਰਸ ਦੀ ਸਰਕਾਰ ਆਈ ਮੈਂ ਬਟਾਲੇ ਫਿਰਦਾ ਸੀ ਉੱਥੇ ਮੈਨੂੰ ਸਰਦਾਰ ਭਾਗ ਸਿੰਘ ਕਰਕੇ ਇੱਕ ਬਹੁਤ ਲੰਮਾ ਉੱਚਾ ਬਜ਼ੁਰਗ ਮਿਲਿਆ ਅੱਛਾ ਲਾਲ ਸੂਏ ਵਰਗਾ ਬੰਸੀ ਵਾਲਾ ਕਹਿੰਦਾ ਮੈਂ ਤੇਰਾ ਭਾਸ਼ਣ ਸੁਣਿਆ ਭਗਤ ਸਿੰਘ ਵਾਂਗ ਬੋਲੇ ਆ ਓਏ ਕਹਿੰਦਾ ਮਿੱਤਰਾ ਮੈਂ ਪਾਕਿਸਤਾਨ ਨਾਲ ਜੰਗਾਂ ਲੜੀਆਂ ਚੀਨ ਵਾਲੀ ਜੰਗ ਚ ਵੀ ਹਿੱਸਾ ਲਿਆ ਅੱਛਾ ਕਹਿੰਦਾ ਮੇਰੇ ਜ਼ਮੀਨ ਤੇ ਕਬਜ਼ੇ ਹੋ ਗਏ ਦੀ ਭਰਾਵਾਂ ਨਾਲ ਵੀ ਲੜਾਈਆਂ ਲੜੀਆਂ ਮੁਕਦਮੇ ਵੀ ਲੜੇ ਕਚਹਿਰੀਆਂ ਚ ਵੀ ਖੜੇ ਹੂੰ ਕਿਤੇ ਦਬੇ ਨਹੀਂ ਕਹਿੰਦਾ ਕਿਤੇ ਪਿੱਛੇ ਨਹੀਂ ਹੋਏ ਗੋਲੀਆਂ ਵੱਜੀਆਂ ਹੱਕ ਚ ਵੱਜੀ ਇੱਥੋਂ ਨਿਕਲ ਗਈ ਸੀ ਉੱਥੋਂ ਵੀ ਬਚ ਗਏ ਕਹਿੰਦਾ ਪਰ ਮੈਂ ਆਪਦੇ ਪੋਤੇ ਨੂੰ ਨਾਲੇ ਚ ਪਿਆ ਨਹੀਂ ਦੇਖ ਸਕਦਾ ਜਦੋਂ ਮੈਂ ਲਜਾਨਾ ਉਹ ਠੀਕ ਕਰਾਉਣ ਹਾਂ ਚਾਰ ਦਿਨਾਂ ਬਾਅਦ ਫੇਰ ਉਹੀ ਲੈ ਕੇ ਲਟਿਆ ਪਿਆ ਹੁੰਦਾ ਕਹਿੰਦਾ ਹਨਾ ਮੈਂ ਮਰ ਜੂ ਲੇਕਿਨ ਸਾਡੀ ਪੀੜ੍ਹੀ ਦਾ ਕੀ ਹਾਲ ਕਰਤਾ ਹਮ ਅੱਜ ਤੂੰ ਬਾਰਡਰ ਦੇ ਉੱਤੇ ਜਾ ਕੇ ਹਾਲ ਦੇਖ ਬੇਟਾ ਇਹ ਕਿਉਂ ਹੈ ਉਹੀ ਤਾਂ ਮੈਂ ਇਹ ਕਿਉਂ ਮੈਂ ਦਾਦਾ ਮੈਂ ਕਿਉਂ ਮੈਂ ਦਾਦਾ ਲੋਕਾਂ ਨੇ ਚੇਂਜ ਵੀ ਕਰ ਲਿਆ ਸੁਣ ਲੈ ਮੈਂ ਕਿਹਾ ਕਿਉਂ ਹੈ ਇਸ ਕਰਕੇ ਵੀ ਉਹਨਾਂ ਕੋਲ ਓਪਰਚੁਨਿਟੀ ਕੋਈ ਨਹੀਂ ਉਹਨਾਂ ਕੋਲ ਨੌਕਰੀ ਕੋਈ ਨਹੀਂ ਉਹਨਾਂ ਕੋਲ ਖੇਡਾਂ ਦਾ ਸਾਰਾ ਕੋਈ ਨਹੀਂ ਭਾਈ ਤੁਸੀਂ ਪੰਜ ਪੰਜ ਪਿੰਡਾਂ ਦੀ ਸ਼ਾਮ ਲਾਟ ਜਿਹੜੀ ਦੱਬਦੇ ਹੋ ਜਿਹੜੇ ਆਪਣੀਆਂ ਜ਼ਮੀਨਾਂ 'ਤੇ ਬੀਠੇ ਹੋ ਤੁਸੀਂ ਤੁਸੀਂ ਉਹਦੇ 'ਚ ਖੇਡਾਂ ਵਾਲਾ ਬਾਲੀਵਾਲ ਪੰਜੀ ਨਹੀਂ ਲੱਗਦੀ ਬਾਲੀਵਾਲ ਬਾਸਕਟਬਾਲ ਕਬੱਡੀ ਦਾ ਅਖਾੜਾ ਬਣਾ ਦਿਓ ਬੱਚੇ ਆਰੇ ਲੱਗ ਜਾਣਗੇ ਉਹਾਂ ਦੀ ਸ਼ਕਤੀ ਜਿਹੜੀ ਹੈ ਕਿਸੇ ਦਿਸ਼ਾ 'ਚ ਲੱਗੂਗੀ ਕਿਸੇ ਪਾਸੇ ਲੱਗੂਗੀ ਸਮਝ ਆਣੀ ਤੁਸੀਂ ਜਵਾਕਾਂ ਨੂੰ ਨੌਕਰੀਆਂ ਦਿਓ ਤੁਸੀਂ ਉਹਨਾਂ ਨੂੰ ਡਿਗਰੀਆਂ ਨੇ ਨੌਕਰੀਆਂ ਹੈ ਨਹੀਂ ਜਦੋਂ ਉਹ ਕੈਨੇਡਾ ਜਾਂਦਾ ਉਹ 45 ਲੱਖ ਰੁਪਈਆ ਕਮਾਉਂਦਾ ਸਾਲ ਦਾ ਇੱਥੇ 180000 ਸਾਲ ਦਾ 15000 15000 ਰੁਪਿਆ ਮਹੀਨਾ ਉੱਥੇ 5 ਲੱਖ ਰੁਪਿਆ ਮਹੀਨਾ ਕਿਉਂ ਭਾਈ ਕਿਉਂਕਿ ਇੱਥੇ ਇਨਵੈਸਟਮੈਂਟ ਨਹੀਂ ਇੰਡਸਟਰੀ ਭਜੀ ਤੁਰੀ ਜਾਂਦੀ ਹੈ ਉਹ ਤਾਂ ਕਹਿੰਦੇ ਇੱਕ ਸੁਣਨਾ ਮੈਂ ਦਿਨਾ ਆਕੜੇ ਦਿਨਾ ਨਾ 175000 ਕਰੋੜ ਰੁਪਏ ਦੇ ਐਮਓਯੂ ਯੂਪੀ ਨਾਲ ਸਾਈਨ ਹੋਏ ਨੇ ਟ੍ਰਿਬਿਊਨ ਦਾ ਲੇਖ ਹੈ ਏਡਾ ਵੱਡਾ ਤੇ ਹਫਤਾ ਪਹਿਲਾਂ ਦਾ ਲੇਖ ਹੈ ਟਾਈਮਜ਼ ਆਫ ਇੰਡੀਆ ਦਾ ਕਿ ਪੰਜਾਬ ਦੀ ਜਿਹੜੀ ਇਨਵੈਸਟਮੈਂਟ ਹੈ ਉਹ 26000 ਕਰੋੜ ਰੁਪਿਆ 2022-23 ਤੋਂ 3000 ਕਰੋੜ ਰੁਪਈਆ 22-23 ਤੇ ਆ ਗਈ 21-22 ਦੇ ਵਿੱਚ ਉਹ 6000 26000 ਕਰੋੜ ਸੀ ਤੇ 3000 ਕਰੋੜ ਇਹ ਚੀਕਾ ਮਾਰਦਾ ਵੀ ਪਤਾ ਨਹੀਂ ਕਿੰਨੀ ਇਨਵੈਸਟਮੈਂਟ ਲਿਆ ਆ ਮੈਂ ਤੇ ਝੂਠ ਤੇ ਝੂਠ ਦੇ ਇੱਕ ਝੂਠ ਨੂੰ 100 ਵਾਰ ਬੋਲੋ ਤੇ ਉਹਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕਰਦੇ ਆ ਮਤਲਬ ਤੁਸੀਂ ਦੇਖੋ ਤਾਂ ਸਹੀ ਕਿਸ ਮਿਆਰ ਦੇ ਉੱਤੇ ਡਿੱਗ ਪਿਆ ਹੈ ਜਿਹੜਾ ਐਮਐਲਏ ਉਹ ਘਰ ਬਣਾਉਣ ਦੇ ਆ ਤਿੰਨ ਤਿੰਨ ਘਰ ਨੇ ਇੱਥੇ ਮਾਲਵਿੰਦਰ ਕੈਪਟਨ ਮਨਿੰਦਰ ਸਿੰਘ ਦਾ ਭਰਾ ਹੁੰਦਾ ਸੀ ਮਾਲਵਿੰਦਰ ਹਾਂਜੀ ਉਹਦਾ ਪੈਲਸ ਹੈ 48 ਕਰੋੜ ਰੁਪਏ ਨੂੰ ਖਰੀਦਿਆ ਇੱਕ ਐਮਐਲਏ ਨੇ ਜਿਹਦੇ ਕੋਲ ਸੂ ਉਹ ਨਹੀਂ ਹੁੰਦੀ ਸੀ ਸਵਿਫਟ ਗੱਡੀ ਨਹੀਂ ਸੀ ਹੁੰਦੀ। ਯਾ ਪਤਾ ਕਰ। ਕੌਣ ਆਉ? ਨਹੀਂ ਮੈਂ ਪਤਾ ਕਰਿਆ। ਮੈਂ ਕਿਹਾ ਤੂੰ ਤੈਨੂੰ ਫਟ ਪਤਾ ਲੱਗ ਜੂ 2 ਮਿੰਟ ਦੇ ਦੱਸ ਦੇਣਗੇ ਤੈਨੂੰ 2 ਬੰਦਿਆਂ ਨਾਲ ਕੇ 48 ਕਿੱਥੋਂ ਆ ਗਏ ਪੈਸੇ ਮੈਨੂੰ ਅਮਰੁੱਤੀ ਨਹੀਂ ਗੱਲ ਨਹੀਂ ਸੀ ਪਤਾ ਵੀ ਜਿਹਦੇ ਕੋਲ ਸਵਿਫਟ ਨਹੀਂ ਸੀ ਹਾਂ ਸਵਿਫਟ ਚ 48 ਕਰੋੜ ਦਾ ਮਹਿਲ ਖਰੀਦੀ ਤੁਰ ਜਾਂਦਾ ਸਾਲ ਚ ਹੈ? ਹਾਂ। ਜਿਹੜਾ ਦੇਖੋ ਘਰ ਪਾਈ ਤੁਰੀ ਜਾਂਦਾ ਜਿਹੜਾ ਦੇਖੋ ਸ਼ਾਦੀ ਕਰੀ ਜਾਂਦਾ ਪਹਿਲਾਂ ਨਹੀਂ ਸੀ ਹੁੰਦਾ ਪਿਆ ਹੈ ਤੁਸੀਂ ਮੈਨੂੰ ਦੱਸੋ ਤਾਂ ਸਹੀ ਵੀ ਤੁਸੀਂ ਇਹ ਕਹਿ ਕੇ ਆਏ ਸੀ ਵੀ ਅਸੀਂ ਜੋਗਾ ਕਰਾਵਾਂਗੇ ਅਸੀਂ ਅਰਦਾਸਾਂ ਕਰਾਵਾਂਗੇ ਹੈ ਅਸੀਂ ਆਜ ਬੱਚਿਆਂ ਦੇ ਟੈਸਟ ਨਹੀਂ ਕਰਾਵਾਂਗੇ ਇਹ ਕਹਿ ਕੇ ਆਏ ਤੁਸੀਂ ਓਏ ਹੈ ਤੁਹਾਡੀ ਇਹ ਇਹ ਲਾਣੇਦਾਰੀ ਸੀ ਹੁਣ ਕਹਿੰਦਾ ਕਿ ਜੀ ਆਪ ਪਲਾਂਟ ਖਰੀਦ ਰਿਆ ਕਹਿੰਦਾ ਤੁਸੀਂ ਤਾਂ ਕਿਹਾ ਸੀਗਾ ਅਸੀਂ ਪੀਪੀ ਰੱਦ ਕਰਾਂਗੇ ਤੁਸੀਂ ਤਾਂ ਕਿਹਾ ਸੀਗਾ ਬਿਜਲੀ 24 ਘੰਟੇ ਦੇਂਗਾ 8-8 ਘੰਟੇ ਨਹੀਂ ਆਉਂਦੀ ਪਿੰਡਾਂ 'ਚ ਜਾ ਦੇ ਪਤਾ ਕਰਕੇ ਸੱਤ-ਸੱਤ ਘੰਟਿਆਂ ਦੇ ਕੱਟ ਹੁਣ ਲੱਗਦੇ ਆ ਮੇਰੇ ਆਪਦੇ 'ਚ ਲੱਗਦੇ ਆ ਲੱਗਦੇ ਆ ਕਿੰਨਾ ਲੱਗਦਾ ਦੱਸ ਕੱਟ ਆਪੇ ਦੱਸ ਸਾਡੇ ਫੂਗੇ 10 ਘੰਟੇ ਦਾ ਤੂੰ 10 ਘੰਟਿਆਂ ਦਾ ਕੱਟ ਲੈ ਸੁਣ ਲੈ ਭਗਵਾਨ ਤਮਾਨਾ ਤੇ ਇਹ ਹੁਣ ਮੈਂ ਨਹੀਂ ਕਹਿੰਦਾ ਇਹ ਐਂਕਰ ਕਹਿੰਦਾ ਤੂੰ ਕਹਿੰਦਾ 24 ਘੰਟੇ ਬਿਜਲੀ ਦੇ ਕਿਹੜੇ ਟਰਪਲ ਮਾਰਦਾ ਸ਼ੁਰਲੀਆਂ ਛੱਡਦਾ ਮਿੱਤਰਾ ਹੈ ਕਿਉਂ ਇੰਨੇ ਝੂਠੇ ਬਣਿਓ ਤੇਰੀਆਂ ਐਡਾਂ ਨਾਲ ਨਹੀਂ ਆਇਆ ਸੀ ਤੂੰ ਮਿੱਤਰ ਪਿਆਰੇ ਜਦੋਂ ਵੀ ਤੁਸੀਂ ਸਰਕਾਰ ਬਣਾਈ ਸੀ ਤੁਹਾਡੀ ਕੋਈ ਐਡ ਨਹੀਂ ਸੀ ਆਉਂਦੀ ਤੁਸੀਂ ਬਿਜਲੀ ਅੰਦੋਲਨ ਕਰਦੇ ਸੀ ਹੈ ਤੂੰ ਹੀ ਕਹਿੰਦਾ ਮਲਟੀਨੈਸ਼ਨਲ ਕੰਪਨੀਆਂ ਤੋਂ ਖੋ ਕੇ ਪੈਸੇ ਲੋਕਾਂ ਨੂੰ ਦੇਵਾਂਗੇ ਸਸਤੀ ਬਿਜਲੀ ਦੇਵਾਂਗੇ ਤੁਸੀਂ 20 20 ਰੁਪਏ ਨੂੰ 21 21 ਰੁਪਏ ਨੂੰ ਸੀਜ਼ਨ 'ਚ ਬਿਜਲੀ ਖਰੀਦਦੇ ਹੋਏ ਕਿਹੜਾ ਤੁਸੀਂ ਰੀਨੇਗੋਸ਼ੀਏਟ ਕੀਤਾ ਹੈ ਹੈ 8 ਘੰਟੇ ਦੇ ਕਟ ਲਾਦੇ ਆ ਇਹ ਮੈਂ ਕਹਿ ਰਿਹਾ 10 20 ਮਿੱਤਰਾ ਲੱਗਦਾ ਕਿ ਨਹੀਂ ਲੱਗਦਾ ਉਹ ਤਾਂ ਲੱਗਦਾ ਪਰ ਹੁਣ ਇਹਦਾ ਦੂਜਾ ਪੱਖ ਵੀ ਦੱਸਦਾ ਦੱਸੋ ਜੀ ਜਿਹੜੇ ਲੋਕ ਆ ਮੰਨ ਲਓ ਹਨਾ ਹੁਣ ਜਿਹੜਾ ਫ੍ਰੀ ਬਿਜਲੀ ਆ ਇਹਨੂੰ ਕੁਝ ਕੁ ਲੋਕ ਆਪਣੇ ਵਰਗੇ 5 10% ਸਮਝਦੇ ਆ ਵੀ ਇਹਦਾ ਮਾਰੂ ਪ੍ਰਭਾਵ ਇੰਨੇ ਤੇ ਤਾਂ ਆਪਣੇ ਤੇ ਹੀ ਪੈਣਾ ਬਿਲਕੁਲ ਪਰ ਜੀ ਸਾ ਬਿੱਲ ਅੱਜ ਮਾਫ ਹੋ ਰਿਹਾ ਇੱਕ ਮਿੰਟ ਇੱਕ ਮਿੰਟ ਹੈ ਰਿਹਾ ਹੈ ਰਿਹਾ ਮਾਈਕ ਥੀ ਹੁਣ ਹਾਂ ਇੱਥੇ ਆ ਗਿਆ ਦੇਖੋ ਤੁਸੀਂ ਬਿਜਲੀ ਮਾਫ ਕੀਤੀ ਤੁਸੀਂ ਕਿਸਮ ਦੱਸਿਆ ਸੀ ਵੀ ਕਰਜ਼ਾ ਲੈ ਕੇ ਮਾਫ ਕਰਾਂਗੇ ਇਹ ਤਾਂ ਨਹੀਂ ਉਹਨਾਂ ਨੇ ਨਹੀਂ ਦੱਸਿਆ ਨਾ ਠੀਕ ਹੈ ਤੁਸੀਂ ਇਨਕਮ ਚੋ ਕਰੋ ਮੇਰਾ ਮੇਰੇ ਘਰ ਦੀ ਇਨਕਮ ਹੈ ਪਾਈ 5 5 ਲੱਖ ਦੀ ਇਨਕਮ ਹੈ ਮੈਂ ਕੋਈ ਸੇਵਕ ਇੱਥੇ ਕੰਮ ਕਰਦਾ ਹੋਵੇ ਮੈਂ ਨੂੰ ਕਹਾ ਯਾਰ ਆ ਚੱਕ 25000 ਦੀ ਮਦਦ ਐਸ਼ ਕਰ ਸਹੀ ਹੈ ਹੈ ਮੈਂ ਕਹਾ ਆਪ ਯੁਰਿਆ ਤੇ ਤਰੀ ਮਤ ਕਰਨ ਨੂੰ ਕਿਹਾ ਸੀ ਆ ਚੱਕ ਲੱਖ ਰੁਪਈਆ 2 ਸਾਲਾਂ ਬਾਅਦ 3 ਲੱਖ ਮੋੜਦੀ ਬੈਂਕ ਨੂੰ ਇਹ ਦੱਸਿਆ ਸੀ ਇਹਨਾਂ ਨੇ ਚੋਰ ਤੰਤਰ ਚਲਾਉਣ ਵਾਲੇ ਬੰਦੇ ਰੇਤੇ ਦੀ ਟਰਾਲੀ 21 21000 ਨੂੰ ਫੋਰੈਸਟ ਏਰੀਆ ਦੇ ਵਿੱਚ ਕੱਲ ਹਰ ਰੋਜ਼ ਮੈਂ ਵੀਡੀਓ ਪਾਉਣਾ ਇੱਕ ਫੋਰੈਸਟ ਏਰੀਆ ਦੇ ਵਿੱਚ ਜਿੱਥੇ ਧਾਰਾ 4 5 ਲੱਗੀ ਉੱਥੇ 21 21000 ਦੀ ਟਰਾਲੀ ਵੇਚ ਰਹੇ ਨੇ ਹੈ ਚੋਰਾਂ ਦਾ ਚੋਰਾਂ ਦਾ ਤੰਤਰ ਬਣ ਗਿਆ ਹੈ 60 70000 ਕਰੋੜ ਰੁਪਇਆ ਪੰਜਾਬ ਦਾ ਲੁੱਟ ਰਹੇ ਨੇ ਖਾ ਰਹੇ ਨੇ ਇਹੀ ਮੈਂ ਕਹਿਣਾ ਇਹ ਤੇ ਬੈਸੋ ਇਹ ਤੇ ਸੰਵਾਦ ਕਰੋ ਭਗਵੰਤ ਕੋਲ ਗਿਆ ਸੀ ਨੀਵਾ ਹੋ ਕੇ ਗਿਆ ਸੀ ਭਾਈ ਇਹ ਲੈ ਸਰਵਿਸ ਦਿੰਦਾ ਹੁੰਦਾ ਉਹ ਸਿੱਧੂ ਦੇ ਝੰਡੇ ਦੀ ਆਹੀਂ ਕਰਦੇ ਆਂਗੇ ਭਾਈ ਇਹਨਾਂ ਬੰਨ ਕਰਾਂਗੇ ਦੋਹੇ ਹੱਥਾਂ ਨਾਲ ਮਹਾਰਾਜ ਜਿਉਂਦੇ ਰਹੋ ਬੇਟਾ ਠੀਕ ਆ ਆ ਕਰ ਯਾਰ ਮੈਂ ਤੇਰੀ ਜਿਆਜਾ ਕਾਰ ਕਰੂ ਠੀਕ ਹੈ ਕੀ ਕੀਤਾ ਭਾਈ ਜਦੋਂ 60 70 ਹਜ਼ਾਰ ਕਰੋੜ ਰੁਪਈਆ ਚੋਰੀ ਦਾ ਆਉਂਦਾ ਨਾ ਉਹਦੀ ਕੋਈ ਅਕਾਉਂਟੇਬਿਲਟੀ ਨਹੀਂ ਕਿਹੜੇ ਗੱਫੇ ਚ ਜਾਂਦਾ ਕਿੱਥੇ ਜਾਂਦਾ ਕਿਸੇ ਨੇ ਪੁੱਛਣਾ ਨਹੀਂ ਉਹਨੂੰ ਨਾ ਕਰਨੀ ਸੌਖੀ ਨਹੀਂ ਪਈ ਤਾਂ ਹੀ ਮੈਂ ਕਹਿਣਾ ਗਲਤੀ ਪੰਜਾਬ ਦੇ ਲੋਕ ਹੁਣ ਨਹੀਂ ਕਰਨਗੇ ਕਿਉਂਕਿ ਅੱਗੇ ਸਰਕਾਰਾਂ ਬਣਾ ਬਣਾ ਦਿੰਦੇ ਸੀ ਹੁਣ ਸਿੱਧੇ ਪੰਜਾਬ ਦੇ ਲੋਕਾਂ ਕੋਲ ਜਾਂਦੇ ਢਿੱਡ ਪੀੜ ਕਿਉਂਦੀ ਹੈ ਭਾਈ ਦੱਸ ਸਿੱਧੇ ਪੰਜਾਬ ਦੇ ਲੋਕਾਂ ਕੋਲ ਜਾਵਾਂਗੇ ਕਿਰਦਾਰ ਵਾਲਾ ਬੰਦਾ ਇਹ ਕੁੱਤੇ ਖੜਾ ਕਰਦੇ ਹੋ ਲੀਵ ਔਨ ਕੂ ਸਿੰਗਾਪੁਰ ਦਾ ਪ੍ਰਾਈਮ ਮਿਨਿਸਟਰ ਜਿੱਦਣ ਚੁਣਿਆ ਗਿਆ ਮੱਛੀ ਮਾਰਕੀਟ ਸੀ ਸਿੰਗਾਪੁਰ ਸਿੰਗਾਪੁਰ ਹਾਂ ਦਿੱਲੀ ਕੀ ਜਡੀ ਮੱਛੀ ਮਾਰਕੀਟ ਸੀ ਹੂੰ ਉਹਨੂੰ ਕਿਹਾ ਯਾਰ ਇੱਥੇ ਸਨੇਹਾਨ ਮਾਰਦੀ ਹੈ ਕਰਪਸ਼ਨ ਹੈ ਦੂਰ ਕਿਵੇਂ ਕਰੇਗਾ ਹੂੰ ਕਹਿੰਦਾ ਜਿਹੜੇ ਉੱਪਰਲੇ ਨੇ ਉਹਨਾਂ ਨੂੰ ਸਜ਼ਾ ਦਿਓ ਹੂੰ ਉੱਪਰਲੇ ਮੰਤਰੀ ਉਹਦਾ ਕਿਸੇ ਇੰਡਸਟਰੀਅਲਿਸਟ ਨਾਲ ਛੁੱਟੀ ਬਣਾਉਣ ਚਲਿਆ ਗਿਆ ਹੂੰ 7-8 ਦਿਨ ਦੀ ਐਵੇਂ ਚੰਗੇ ਹੋਟਲਾਂਾਂ 'ਚ ਫਾਈਵ ਸਟਾਰ ਹੋਟਲਾਂ ਦੇ ਵਿੱਚ ਹੂੰ ਮਲੇਸ਼ੀਆ ਵਾਪਸ ਆਇਆ ਲਾਇਆ ਉਹਨੂੰ ਸਦਾ ਲਈ ਜੇਲ੍ਹ 'ਚ ਮਾਰਿਆ ਚੱਕ ਕੇ 6 ਸਾਲ ਲਈ ਅੱਜ ਤੱਕ ਉੱਥੇ ਕਰਪਸ਼ਨ ਨਹੀਂ ਹੁੰਦੀ ਸਿੰਗਾਪੁਰ ਅਰ ਬੱਚ ਦੇ ਵਿਚ ਟੱਕ ਵੀ ਉੱਥੇ ਜਦੋਂ ਪੁਲਿਸ ਡਰੱਗ ਪੈਡਲਰ ਤੇ ਪੋਲਿਟਿਸ਼ੀਨ ਦਾ ਨੈਕਸਸ ਹੈ ਮੁੰਸਫ ਕਾਤਲ ਨੇ ਫਿਰ ਕੀ ਦੀ ਕੀ ਇੰਨੀ ਇੰਨੀ ਮੋਰਲ ਅਥਾਰਟੀ ਵਾਲੇ ਬੰਦੇ ਜਿਹੜੇ ਸਟੈਪ ਲੈ ਸਕਣ ਸੁੱਧੂ ਸਾਹਿਬ ਇੱਕ ਇੱਥੇ ਵੀ ਇੱਕ ਇਲੈਕਸ਼ਨ ਦਾ ਵੀ ਇੱਕ ਤੰਤਰਤਾ ਹੈਗਾ ਜਿਹਦੇ ਚ ਬਹੁਤ ਪੈਸੇ ਲੱਗਦੇ ਆ ਲੀਟਰ ਇੱਕ ਮਿੰਟ ਮੇਰੀ ਗੱਲ ਨੂੰ ਸੁਣ 45 ਲੱਖ ਚ ਪੰਜ ਇਲੈਕਸ਼ਨ ਜੜੇ ਆ ਮੈਂ 6 35 ਲੱਖ ਪਰ 117 ਨਵਜੋਤ ਸਿੰਘ ਸਿੱਧੂ ਨਹੀਂ ਇਹ ਕੋਈ ਨਾ ਹੁਣ ਮੈਂ ਕਹਿੰਦਾ ਨਾ ਹੁਣ ਲੇਕਿਨ ਪੁੱਠੀ ਰਾਤ ਤੇ ਤੁਰੇ ਸਿੱਧੀ ਰਾਤ ਤੇ ਤੋਂ ਲਿਆਉਣੇ ਆ ਜਿਹੜਾ ਬੰਦਾ 10 ਕਰੋੜ ਰੁਪਏ ਲਾ ਕੇ ਇਲੈਕਸ਼ਨ ਲੜੂ ਕਰਾਪਸ਼ਨ ਨਹੀਂ ਕਰੂ ਜਿਹੜਾ ਬੰਦਾ 2 ਲੱਖ 10 ਲੱਖ 15 ਲੱਖ ਰੁਪਏ ਦੇ ਕੇ ਨੌਕਰੀ ਲਗੂ ਕਰਾਪਸ਼ਨ ਨਹੀਂ ਕਰੂ ਉਹ ਤਾਂ ਕਰੂ ਥੋੜੀ ਪੁਨਿਆਦ ਕਰਾਪਸ਼ਨ ਦੀ ਹੈ ਭਾਈ 10% ਸੇਵਾ 90% ਮੇਵਾ ਕਿੱਦਾਂ ਚੱਲ ਜੂ ਕੋਈ ਅਮਰੀਕਾ ਚ ਕਿਸੇ ਨੂੰ ਤੰਬੂ ਦਾ ਕੰਟਰੈਕਟ ਮਿਲਦਾ ਅਗਲਾ ਰਮਾਲ ਕੱਢ ਲੈਂਦਾ ਵਿੱਚੋਂ ਇੱਥੇ ਕਿਤੇ ਰਮਾਲ ਦਾ ਕੰਟਰੈਕਟ ਮਿਲੇ ਤੰਬੂ ਕੱਢ ਨੂੰ ਫਿਰਦੇ ਆ ਕੋਈ 9% ਕਮਿਸ਼ਨ ਵਾਲਾ ਹੈ ਹੈ ਕੋਈ ਰੇਤਾ ਖਾਨ ਵਾਲਾ ਹੈ ਹੈ ਉਹ ਭਾਈ ਲੋਕਾਂ ਦਾ ਵਿਸ਼ਵਾਸ ਭਰੋਸੇਯੋਗਤਾ ਹੀ ਨਹੀਂ ਰਹੀ ਪੋਲਿਟਿਸ਼ੀਅਨ ਤੇ ਉਹ ਭਰੋਸਾ ਨਹੀਂ ਟੁੱਟਣ ਦਿੱਤਾ ਮਿੱਤਰਾ ਸਮਝਿਆ ਅੱਜ ਲੋਕਾਂ ਨੂੰ ਇੱਕੋ ਗੱਲ ਕਹਿਣਾ ਕਿ ਆਹ ਅਜੰਡਾ ਹੈ ਹੂੰ ਆ 60 70 ਹਜ਼ਾਰ ਕਰੋੜ ਦੀ ਚੋਰੀ ਦੂਰ ਕਰੀ ਗਈ ਆ ਜ਼ਮੀਨਾਂ ਨੇ ਪੰਜਾਬ ਦੀਆਂ ਠੀਕ ਹੈ ਆ ਆ ਇੰਡਸਟਰੀ ਨੂੰ ਲੈ ਕੇ ਆਈਏ ਇਸ ਤਰੀਕੇ ਦੇ ਨਾਲ ਤੁਸੀਂ ਹੈਲਥ ਸਿਸਟਮ ਪੜਾਈ ਵਾਲਾ ਤੰਤਰ ਇੱਕ ਖੇਤੀ ਦੀ ਇੱਕ ਖੇਤੀ ਦੀ ਪਾਲਿਸੀ ਨਹੀਂ ਬਣਾ ਸਕਦੇ ਇੱਕ ਖੇਤੀ ਦੀ ਪ੍ਰੋਡਕਟਿਵਿਟੀ ਦੀ ਪਾਲਿਸੀ ਨਹੀਂ ਬਣਾ ਸਕਦੇ ਮੈਂ ਕਿਸਾਨ ਭਰਾਵਾਂ ਕੋਲ ਗਿਆ ਉਹ ਮੈਂ ਆ ਨਹੀਂ ਲੈਣਾ ਕਿਹਦੇ ਕੋਲ ਗਿਆ ਚਲੋ ਉਸ ਚੀਜ਼ਾਂ ਛੱਡ ਦੇ ਰੱਖੀ ਥੱਲੇ ਰੱਖੀ ਦੀਆਂ ਮੈਂ ਉਹਨੂੰ ਕਿਹਾ ਮੈਂ ਕਿਹਾ ਇਹ ਅਜੰਡਾ ਹੈ ਤੁਸੀਂ ਅਜੰਡਾ ਲੈ ਲਓ ਤੁਸੀਂ ਸਰਕਾਰ ਨੂੰ ਕਹੋ ਵੀ ਭਾਈ ਆ ਅਜੰਡਾ ਹੈ ਸਾਨੂੰ ਐ ਐ ਖੇਤੀ ਸਾਡੀ ਉੱਬਰਦੀ ਹੈ ਮੈਂ ਕਿਹਾ ਤੁਸੀਂ ਉੱਥੇ ਬਰੂਹਾਂ ਤੇ ਬੈਠੇ ਹੋ ਬਹੁਤ ਵਧੀਆ ਗੱਲ ਆ ਅਸੀਂ ਤੁਹਾਡੀ ਸਪੋਰਟ ਹੀ ਕਰ ਰਹੇ ਆ ਮੈਂ ਕਿਹਾ ਪਰ ਜੇ ਤਿੰਨ ਕਾਲੇ ਕਾਨੂੰਨ ਵਾਪਸ ਹੋ ਗਏ ਫੇਰ ਤੁਹਾਡੀ ਜ਼ਿੰਦਗੀ ਬੜੀ ਸੰਵਰ ਚੁਗੀ ਕਿਹੜੀ ਐਮਐਸਪੀ ਦਿੰਦੇ ਆ ਤੁਹਾਨੂੰ ਡੀਜ਼ਲ 5 ਰੁਪਏ ਤੋਂ 100 ਹੋ ਗਿਆ ਥੋਡੀ ਕਾਸਟ ਆਫ ਪ੍ਰੋਡਕਸ਼ਨ 2 ਗੁਣੇ ਵਧ ਗਈ ਐਮਐਸਪੀ 5 ਗੁਣੇ ਵਧਈਏ ਥੋਡੀ ਪ੍ਰੋਡਕਟਿਵਿਟੀ ਵਧਾਉਣ ਦੀ ਥੋਡੀ ਇਨਕਮ ਵਧਾਉਣ ਦੀ ਮੋਦੀ ਸਾਹਿਬ ਨੇ ਕਹਤਾ ਡਬਲ ਕਰਾਂਗੇ ਜੀ ਹੋਊਗੀ ਹੈ ਇਹ ਕਹਿੰਦਾ ਇੰਨਾ ਮੁਆਵਜ਼ਾ ਦੇਾਂਗੇ 50 ਲੱਖ ਦੇ ਕਿੱਥੋਂ ਬਰੋਟਾ ਲੱਗੇ ਜਿੱਥੋਂ ਪੱਟ ਕੇ ਲੈਾਂਗੇ ਪੈਸੇ ਤਾਂ ਤੁਸੀਂ ਸਾਰੇ ਖਾ ਜਾਣੇ ਹੋ ਟੱਕੜਾਂ ਤੇ ਕਰ ਜਾਂਦੇ ਐ ਤੇ ਕਰਜ਼ਾ ਲੈ ਕੇ ਤੁਸੀਂ ਮੁਆਵਜ਼ਾ ਦੇਓਗੇ ਭਾਈ ਦੱਸੋ ਤਾਂ ਸਹੀ ਤੁਹਾਡੀਆਂ ਹਰ ਸਮੱਸਿਆ ਦਾ ਹੱਲ ਇਨਕਮ ਹੈ ਆ ਜਿਹੜਾ ਤੁਸੀਂ ਪਲੈਨਿੰਗ ਕਮਿਸ਼ਨ ਦਾ ਪੈਸਾ ਹੈ ਟੀਏਡੀਏ ਤੁਸੀਂ ਉਹ ਨਹੀਂ ਦੋ ਦਿੱਤਾ ਅੰਪਲਾਈਆਂ ਨੂੰ ਸਾਰੇ ਬਾਹਰ ਫਿਰਦੇ ਆ ਟੀਚਰ ਤੁਸੀਂ ਕੁੱਟਦੇ ਹੋ ਉਹਨਾਂ ਨੂੰ ਤੁਸੀਂ ਤਾਂ ਕਹਿੰਦੇ ਧਰਨਾ ਨਹੀਂ ਲੱਗਣ ਦੇਣਾ 36000 ਬੰਦੇ ਅਸੀਂ ਹਰੇ ਪੈਨ ਨਾਲ ਸਾਫ਼ ਕਰਾਂਗੇ ਹੁਣ ਕਹਿੰਦਾ ਅਸੀਂ ਦੇਖਦੇ ਹਾਂ ਵੀ ਕੋਰਟ ਨੇ ਆਰਡਰ ਤਾਂ ਨਹੀਂ ਦਿੱਤਾ ਉਦੋਂ ਨਹੀਂ ਸੀ ਦੇਖਿਆ ਕੋਰਟ ਦਾ ਆਰਡਰ 20000 ਕਰੋੜ ਰੁਪਏ ਅਸੀਂ ਪਹਿਲੇ ਸਾਲ ਰੇਤੇ ਚੋਂ ਤੇ 34000 ਕਰੋੜ ਬਜਟ ਚੋਂ ਕੱਢਾਂਗੇ 54 ਤਾਂ ਮੈਂ ਜੇਬ ਚ ਪਾਈ ਫਿਰਦਾ 54000 ਕਰੋੜ 54000 ਕਰੋੜ ਚੋਂ 54 ਆਏ ਆ 2 ਸਾਲਾਂ 'ਚ 200 ਕਰੋੜ ਰੁਪਇਆ ਐ ਮਾਈਨਿੰਗ ਦਾ ਕਿੱਥੇ ਨੇ ਕਿੱਥੇ ਆ ਕੇਜਰੀਵਾਲ ਹੁਣਾਉ ਜੋਗਾ ਅਰਦਾਸ ਸਾਈਕਲ ਰੈਲੀ ਤੀਰਥ ਯਾਤਰਾ ਦੇ ਹੁਣ 1100 ਕਰ 36000 ਪੱਕੇ ਲੱਖ ਸਾਮੀ ਰਹਿੰਦੀ ਐ ਭਰਦੇ ਜੇ ਪੈਸੇ ਹੈਗੇ ਪਰ ਸਿੱਧੂ ਸਾਹਿਬ ਜਿਹੜੀ ਆਪਾਂ ਗੱਲ ਮੰਨ ਲਓ ਆਪਾਂ ਔਰਤਾਂ ਨੂੰ ਵੀ ਹਜ਼ਾਰ ਵਾਲੀ ਗੱਲ ਜਿਹੜੀ ਕਹਿੰਦੇ ਆ ਜੇ ਆਪਾਂ ਮੰਗ ਵੀ ਕਰ ਰਹੇ ਹਾਂ ਮੈਨੂੰ ਲੱਗਦਾ ਸਰਕਾਰ ਨੂੰ ਕਹਿ ਵੀ ਰਹੇ ਹਾਂ ਸਾਨੂੰ ਵੀ ਪਤਾ ਨਾ ਉਹ ਘਰ ਚ ਚੱਕ ਕੀ ਆਉਣਾ ਇਹ ਮੰਗ ਮੰਗ ਵੀ ਆਪ ਪੰਜਾਬ ਦੇ ਲੋਕ ਇਹ ਸਮਝਦੇ ਨਹੀਂ ਕਿ ਪੰਜਾਬ ਕਿਸ ਤਰੀਕੇ ਨਾਲ ਉੱਭਰੂਗਾ ਨੀਤੀ ਨਾਲ ਉੱਭਰੂਗਾ ਪਾਲਿਸੀ ਨਾਲ ਪਾਲਿਸੀ ਬੇਸਡ ਪੋਲਿਟਿਕਸ ਪਾਲਿਸੀ ਦੇ ਨਾਲ ਜਦੋਂ ਤੁਸੀਂ ਪਾਲਿਸੀ ਦਿਓਗੇ ਤੁਸੀਂ ਇਹ ਦੱਸੋਗੇ ਵੀ ਇੰਨੇ ਪੈਸੇ ਇੱਥੋਂ ਆਉਣਗੇ ਦਾ ਦੱਸ ਕਿਤੇ ਦੱਸ ਇਹ ਤਾਂ ਕੋਈ ਵੀ ਨਹੀਂ ਦੱਸਦਾ ਮੈਂ ਦੱਸਦਾ ਹਮੇਸ਼ਾ ਹਾਂ ਹਮੇਸ਼ਾ ਹਮੇਸ਼ਾ ਦਾ ਵੀ ਇੰਨੇ ਪੈਸੇ ਇੰਨੇ ਪੈਸੇ ਇੰਨੇ ਪੈਸੇ ਤੂੰ ਤਾਂ ਬੇਸਿਕ ਹੈਲਥ ਸਰਵਿਸ ਨਹੀਂ ਦੇ ਸਕੀ ਤੂੰ ਦਿੱਤਾ ਕੀ ਮੈਨੂੰ ਸਮਝਾਉ ਤੋ ਸਹੀ ਨਾ ਇਹਨੂੰ ਇਹ ਕਹੇ ਉਪਲਬਧੀਆਂ ਉਪਲਬਧੀ ਇਹ ਹੈ ਵੀ ਮੈਂ ਆਪਦੇ ਪੁੱਤ ਦਾ ਹੋਣੀ ਕਰਾਇਆ ਜੈਂਡਰ ਟੈਸਟ ਜਾਂ ਮੁੰਡੇ ਦਾ ਜਾਂ ਕੁੜੀ ਦਾ ਦੁਰਪੜੇ ਨੂੰ ਯਾਰ ਇਹ ਇਸ ਕਰਕੇ ਮੁੱਖ ਮੰਤਰੀ ਬਣਾਏ ਤੁਨੂੰ ਚਲੋ ਘਰ ਵਾਲੀ ਉਹਦੀ ਕੀ ਕਹਿੰਦੀ ਹੈ ਨਹੀਂ ਕਹਿੰਦੀ ਮੈਨੂੰ ਉਹਦਾ ਉਹ ਨਹੀਂ ਪਰ ਬੇਸਿਕਲੀ ਤੁਸੀਂ ਇਹ ਪਰਿਵਾਰ ਦਾ ਖਿਆਲ ਨਹੀਂ ਰੱਖ ਸਕੇ ਪੰਜਾਬ ਦਾ ਕੀ ਰੱਖੋਗੇ ਹੈ ਇਹ ਤਾਂ ਮੂਲ ਆਧਾਰਕ ਸਵਾਲ ਹੈ ਗੱਲ ਬੇਟਾ ਇੱਕ ਇੱਕ ਰੋਡ ਮੈਪ ਦੀ ਹਰ ਪੰਜਾਬੀ ਦੇ ਇਹ ਸਵਾਲ ਦੀ ਵੀ ਪੰਜਾਬ ਕਿਸ ਤਰੀਕੇ ਨਾਲ ਇਸ ਡੈਟ ਕਰਜ਼ੇ ਦੇ ਦਲਦਲ ਚ ਜਿਹੜਾ ਅਸੀਂ ਮੋੜਦੇ ਆ 70 70 ਹਜ਼ਾਰ ਕਰੋੜ ਰੁਪਈਆ ਹਰ ਸਾਲ ਕਿਸਾਨ ਦੱਬਿਆ ਹੋਇਆ ਉਹਦੇ ਥੱਲੇ ਛੋਟਾ ਵਪਾਰੀ ਅਮਨ ਆਮਨ ਚਾਹੁੰਦਾ ਹੈ ਮੌਲਾ ਚ ਗਾਹਕ ਚਾਹੁੰਦਾ ਹੈ ਉਹ ਰੋਜ਼ ਥੂਠੜਾ ਕ ਥੂਠੜਾ ਕ ਚਾਰ ਬੰਦੇ ਮਰ ਜਾਂਦੇ ਆ ਹਰ ਰੋਜ਼ ਕਿਤੇ ਨਾ ਕਿਤੇ ਕੋਈ ਕਿਸੇ ਨੂੰ ਮਾਰ ਮਾਰ ਕੇ ਸਿਰਦੰਦਾ ਕੋਈ ਗੈਂਗਸਟਰ ਪੁਲਿਸ ਹੋਮ ਮਿਨਿਸਟਰ ਕੌਣ ਹੈ ਤੁਹਾਨੂੰ ਹਰ ਪਾਸੇ ਫੇਲ ਮੂਸੇ ਵਾਲੇ ਦੇ ਕਤਲ ਵੇਲੇ ਸਭ ਤੋਂ ਪਹਿਲਾਂ ਜਾ ਕੇ ਉੱਥੇ ਮੈਂ ਕਿਹਾ ਸੀ ਮੈਂ ਓਏ ਇਹ 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 ਪਟਕੇ ਹੋਏ ਨੌਜਵਾਨਾਂ ਨੂੰ ਇਹਨਾਂ ਦੇ ਉੱਤੇ ਇਹਨਾਂ ਨੂੰ ਸੁਧਾਰਨ ਦੀ ਡਿਊਟੀ ਹੈ ਤੇਰੀ ਜੇਲ੍ਹ ਦਾ ਮਤਲਬ ਸੁਧਾਰ ਕਰ ਇਹਨਾਂ ਨੂੰ ਬਾਹਰ ਸੁਧਰੇ ਜਾਣਗੇ ਤੁੰਡਾ ਮੈਂ ਕਹਿੰਦਾ ਸੁਧਾਰ ਦੀ ਕੋਸ਼ਿਸ਼ ਕਰ ਕੀਤੀ ਹੈ ਇਹ ਤਾਂ ਕਹਿੰਦਾ ਜੇਲ੍ਹਾਂ ਦਾ ਜੇਲ੍ਹਾਂ ਚੋਂ ਕ੍ਰਾਈਮ ਚੱਲਦਾ ਲਾ ਲ ਜਿਹੜਾ ਤੂੰ ਜੈਮਰ ਆਫ ਦੇ ਆਫ ਦੀ ਸਿਕਿਉਰਿਟੀ ਨੂੰ ਲਾ ਕੇ ਤੁਰਦਾ ਹੈ ਲਾਓ ਜੈਮਰ ਇੱਕ ਜੈਮਰ ਲਾ ਤੇ ਅੰਦਰ ਫੋਨ ਚਲਾ ਕੇ ਦਿਖਾਵੇ ਕੋਈ ਜਿਹੜੇ ਥੋਡੇ ਕੈਦੀ ਨੇ ਉਹ ਕਿਦਾਂ ਕ੍ਰਾਈਮ ਚਲਾ ਦੇਣਗੇ ਓਏ ਇਹਦਾ ਮਤਲਬ ਪੁਲਿਸ ਦਾ ਫੇਲੀਅਰ ਐਡਮਿਨਿਸਟ੍ਰੇਸ਼ਨ ਦਾ ਫੇਲੀਅਰ ਤੇਰਾ ਇਸ ਚੀਫ ਮਿਨਿਸਟਰ ਫੇਲੀਅਰ ਹਾਂ ਉਹਨਾਂ ਬੱਚਿਆਂ ਨੂੰ ਜਿਹੜੇ ਪਟਕ ਗਏ ਉਹਨਾਂ ਨੂੰ ਤੂੰ ਸੁਧਾਰ ਘਰ ਦੇ ਵਿੱਚ ਸੁਧਾਰ ਕੇ ਸਾਈਕੀਟਰੀ ਦਾ ਇਲਾਜ ਕਰਾ ਕੇ ਸਾਈਕੋਲੋਜੀ ਦਾ ਇਲਾਜ ਕਰਾ ਕੇ ਉਹਨਾਂ ਨੇ ਨਸ਼ੇ ਛਡਾ ਕੇ ਉੱਥੇ ਤਾਂ 2 10 ਰੁਪਏ ਦੀ ਜਰਦੇ ਦੀ ਪੂੜੀ 2000 ਦੀ ਵਿਕਦੀ ਹੈ ਜਿਹੜੇ ਅੰਡਰ ਟ੍ਰਾਇਲ ਜਿਨ੍ਹਾਂ ਤੋਂ ਕੰਮ ਨਹੀਂ ਤੁਸੀਂ ਲੈ ਸਕਦੇ ਉਹਨਾਂ ਨੂੰ ਸ਼ਾਮ ਨੂੰ ਅੱਧੀ ਜਰਦੇ ਦੀ ਪੂੜੀ ਦੇ ਕੇ ਉਹਨਾਂ ਨੂੰ ਸਾਰਾ ਦਿਨ ਕੰਮ ਕਰਾਉਂਦੇ ਆ ਅੱਛਾ ਹਾਂ ਬਿਲਕੁਲ ਜੇ ਤਨਖਾਹਾਂ ਜਿਹੜੇ ਬੰਦੇ ਜੇਲ ਮੈਨੂਅਲ ਚ ਲਿਖਿਆ ਆ ਵੀ 7 ਬੰਦਿਆਂ ਦੇ ਪਿੱਛੇ 6 ਬੰਦਿਆਂ ਦੇ ਪਿੱਛੇ ਇੱਕ ਅਧਿਕਾਰੀ ਚਾਹੀਦਾ ਹੂੰ ਜੇਲ ਦਾ 200 ਪਿੱਛੇ ਇੱਕ ਹੈ 40 ਦਾ ਜੇਲਰ ਨੂੰ ਫੋਨ ਕਰੇ ਉਹ ਕਹੇਗਾ 40 ਦੇ ਮਗਰ ਇੱਕ ਹੈ ਭਰ ਦੇ ਫਿਰ ਇਸਾਮੀਆ ਪੱਲੇ ਫੁੱਟੀ ਕੌੜੀ ਨਹੀਂ ਨਾਮ ਕਰੋੜੀ ਮੱਲ ਇੱਕ ਬਿਲਕੁਲ ਥੋੜਾ ਜਿਹਾ ਤੋਂ ਪਰੇ ਇੱਕ ਸਵਾਲ ਕਰਦੇ ਆ ਆਪਾਂ ਨਾ ਪਿਛਲੀ ਅਮਰਸਰ ਵਾਲੇ ਘਰੇ ਉਹਦਾ ਇੰਟਰਵਿਊ ਸੀ ਬਿਲਕੁਲ ਤੁਸੀਂ ਇੱਕ ਮੁੰਡੇ ਦਾ ਜ਼ਿਕਰ ਕਰਿਆ ਸੀ ਹਣਾ ਉਹਦਾ ਨਾਂ ਸੀ ਪੰਨਾ ਸੀ ਠੀਕ ਹੈ ਉਹਦੇ ਮੈਨੂੰ ਕਈ ਗੱਲਾਂ ਤੇ ਇਤਰਾਜ਼ ਵੀ ਹੋ ਸਕਦਾ ਹੈ ਸੁਭਾਅਕ ਵਿਚਾਰ ਆ ਵਿਚਾਰਤਾ ਬੰਦੇ ਦੇ ਮਤਲਬ ਮੈਂ ਤਾਂ ਖੁੱਲ ਕੇ ਕਹਿਣਾ ਵੀ ਮੇਰੇ ਕਈ ਵਾਰੀ ਆਪਦੀ ਘਰ ਵਾਲੀ ਨਾਲ ਵੀ ਨਹੀਂ ਮਿਲਦੇ ਹੁੰਦੇ ਪਰ ਠੀਕ ਹੈ ਇਹੀ ਜ਼ਿੰਦਗੀ ਹੈ ਪਰ ਉਹਨੂੰ ਪਹਿਲਾਂ ਉਹਤੇ ਇੱਕ ਕੇਸ ਪਾਇਆ ਗਿਆ ਉਹ ਕੇਸ ਅਜੇ ਖਤਮ ਨਹੀਂ ਹੋਇਆ ਸੀ ਕੱਲ ਪਟਿਆਲੇ ਦੇ ਵਿੱਚ ਹੀ ਸਨੇਚਿੰਗ ਦਾ ਉਹਦੇ ਤੇ ਇੱਕ ਹੋਰ ਕੇਸ ਪਾਇਆ ਗਿਆ ਉਸੀ ਕਿਵੇਂ ਦੇਖਦੇ ਨੂੰ ਇਹ ਸਾਈਮਪਲ ਦੇਖਦਾ ਕਿ ਇਹ ਸਰਕਾਰ ਉਹ ਹੈ ਹੂੰ ਕਿ ਜਾਂ ਤੇ ਅਖਬਾਰਾਂ ਚ ਐਡਾ ਦੇ ਕੇ ਝੂਠ ਨੂੰ ਸੱਚ ਕਰੋ ਹੂੰ ਜਿਹੜਾ ਸਾਡੇ ਖਿਲਾਫ ਹੁੰਦਾ ਹੈ ਹੂੰ ਉਹਦਾ ਮੂੰਹ ਬੰਦ ਕਰੋ ਹੂੰ ਚਾਹੇ ਮੁਕੱਦਮਾ ਪਾ ਕੇ ਹੂੰ ਜਿਹੜਾ ਸਾਡੇ ਖਿਲਾਫ ਆਵਾਜ਼ ਕੱਢਦਾ ਹੈ ਉਹਨੂੰ ਚੁੱਪ ਕਰਾਓ ਠੀਕ ਹੈ ਜਿਹੜਾ ਸਾਡੇ ਹੱਕ ਚ ਬੋਲਦਾ ਚਾਹੇ ਝੂਠਾ ਹੀ ਹੈ ਹਾਂ ਉਹ ਉਹਨੂੰ ਮੈਂ ਕਹਿੰਦਾ ਸਭ ਤੋਂ ਵੱਡਾ ਤਕਰਾਰ ਉਹਨੂੰ ਡਿਕਲੇਅਰ ਕਰੋ ਵੀ ਇਹ ਤੋਂ ਵਧੀਆ ਤਾਂ ਬੰਦਾ ਹੀ ਕੋਈ ਨਹੀਂ ਇਦਾ ਮਤਲਬ ਇਹ ਆ ਤੁਮ ਕਰੋ ਤੋਂ ਨਿਆਰੀ ਲੀਲਾ ਤੇ ਅਸੀਂ ਕਰਾਂਗੇ ਤਾਂ ਨਿਆਰੀ ਲੀਲਾ ਤੇ ਤੁਮ ਕਰੋ ਤੋਂ ਕੈਰੈਕਟਰ ਟੀਲਾ ਹਾਂ ਗਣੀ ਇਦਾ ਮਤਲਬ ਇਹ ਆ ਤੁਸੀਂ ਕੋਈ ਬੱਚਾ ਹੋ ਸਕਦਾ ਹੈ ਉਹ ਕਿਸੇ ਹੋਰ ਹੋਰ ਥਾਂ ਬੋਲਦਾ ਹੋਵੇ ਲੇਕਿਨ ਤੁਸੀਂ ਉਹਦੇ ਨਾਲ ਸੰਵਾਦ ਕਰੋ ਉਹਦੇ ਸੰਵਾਦ ਚ ਉਹਨੂੰ ਹਰਾਓ ਡਿਸੈਂਟ ਡਿਬੇਟ ਇਹ ਡੈਮੋਕ੍ਰੇਸੀ ਦੇ ਗਹਿਣੇ ਨੇ ਜੇ ਉਹ ਤੁਹਾਡੇ ਤੋਂ ਪੁੱਠਾ ਵਿਚਾਰ ਰੱਖਦਾ ਹੈ ਇਹਦਾ ਮਤਲਬ ਇਹ ਆ ਵੀ ਉਹ ਠੋਕਦੇ ਹੋਗੇ ਹਾਂ ਉਹ ਵੀ ਉਹ ਵੀ ਇੱਕ ਬੰਦਾ ਜਿਹੜਾ ਫੇਮਸ ਹੈ ਏਡਾ ਸਨੇਚਿੰਗ ਕਰਪਲੇ ਮੈਂ ਤਾਂ ਦੇਖੋ ਗੱਲ ਨੂੰ ਸਮਝੋ ਕਿ ਤੰਤਰ ਹੈ ਹਾਂ ਸਮਝ ਨਹੀਂ ਇਹ ਚੋਰ ਤੰਤਰ ਹੈ ਇਹਨਾਂ ਦੀ ਦਾੜੀ ਚ ਤਨਕੇ ਹੈ ਹਾਂ ਇਹ ਕਿਸੇ ਨੂੰ ਵੀ ਮੈਨੂੰ ਤਈ ਚੰਦਰ ਦੇ ਤਾ ਆ ਖਹਿਰਾ ਠੋਕਦਾ ਹਮ ਮਤਲਬ ਜਿਹੜਾ ਬੋਲੇ ਜਿਹੜਾ ਇਸ ਸਿਸਟਮ ਨੂੰ ਬਦਲਣ ਦਾ ਪ੍ਰਯਾਸ ਕਰੇ ਉਹਨੂੰ ਕਿਸੇ ਬਣਾ ਤੇ 323 ਚ ਹੌਲਦਾਰ ਹਾਜ਼ਰ ਜਮਾਨਤ ਦੇਦਾ ਹੂੰ ਅੱਜ ਤੱਕ ਕਿਸੇ ਨੇ ਹਫ਼ਤਾ ਕਹਿ ਦਿੱਤੀ ਮੈਨੂੰ 10 ਮਿੰਟ ਘਟਾ ਦੇ ਭਗਵੰਤ ਕਹਿੰਦਾ ਸੀ 2 ਮਹੀਨੇ ਹੋਰ ਕੱਟਣ ਦਿਓ ਤੇ ਜੇ 30000 ਬੰਦਾ ਆਉਂਦਾ ਉਹਨਾਂ ਨੂੰ ਬਾਹਰ ਖੜਾ ਨਾ ਰਹਿਣ ਦਿਓ ਸਿੱਧੂ ਨੂੰ ਸਵੇਰੇ 6 ਵਜੇ ਕੱਢ ਦਿਓ ਬਾਹਰ ਅੱਛਾ ਉਹ ਬੰਦੇ ਫੇਰ ਖੜੇ ਰਹੇ ਕਿਉਂਕਿ ਬੰਦੇ ਲੈਣ ਆ ਜਾਣਗੇ ਕੀ ਹੋਊ ਇਹਦੇ ਨਾਲ 80 ਕਿਲੋ ਦਾ ਦਿਲ 80 ਕਿਲੋ ਦਾ ਸਰੀਰ ਦਿਲ ਚਿੜੇ ਦਾ ਪਰ ਮੈਂ ਤਾਂ ਉਹ ਵੀ ਜਦੋਂ ਜਦਬਾਉਂ ਦੇਤਾ ਮੈਂ ਜੋ ਤੁਸੀਂ 90 ਕਿਲੋ ਦਾ ਲੈ ਲੈ 60 ਕਿਲੋ ਦਾ ਕਹਿ ਲੈ 70 ਕਿਲੋ ਦਾ ਕਹਿ ਲੈ ਦਿਲ ਚਿੜਿਆਂ ਦੇ ਪਏ ਅੰਦਰ ਚਿੜ 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 ਉਹ ਮਤਲਬ ਦਿਲ ਚਾਹੀਦਾ ਦਰਿਆ ਵਰਗਾ ਵੱਡਾ ਦਿਲ ਦਰਿਆ ਵਰਗਾ ਦਿਲ ਚਾਹੀਦਾ ਐਡੇ ਐਡੇ ਦਿਲ ਨਹੀਂ ਇਨ ਸਿਕਿਉਰਿਟੀ ਪਾਈ ਮੁੱਦਾ ਪੰਜਾਬ ਨੂੰ ਕੱਢਣਾ ਹੈ ਤੁਸੀਂ ਜਾਂ ਤਾਂ ਕਰਕੇ ਦਿਖਾ ਦਿਓ ਜੇ ਨਹੀਂ ਹੁੰਦਾ ਦੂਸਰੇ ਦਾ ਏਜੰਡਾ ਬੰਨੇ ਪਾ ਦਿਓ ਉੱਤੇ ਵੱਡੀ ਤਾਕਤ ਹੈ ਔਰ ਕਟਪੁਤਰੀਆਂ ਬਣਾਵਣਾ ਚਾਹੁੰਦੀ ਹੈ ਉੱਤੋਂ ਈਡੀ ਭੇਜ ਦਿੰਦੇ ਆ ਇਹ ਵਿਜੀਲੈਂਸ ਭੇਜ ਦਿੰਦੇ ਆ ਬੋਲੋ ਨਾ ਸਾਡੇ ਖਿਲਾਫ ਕਈ ਸਿੱਧੂ ਵਰਗੇ ਵੀ ਨੇ ਜਿਹਨਾਂ ਤੇ ਪੈ ਨਹੀਂ ਸਕਦੀ ਨਹੀਂ ਈਡੀ ਤਾਂ ਧੱਕਾ ਕਰਦੀ ਆ ਇਹ ਤਾਂ ਫਿਰ ਇਹ ਕ੍ਰਾਂਤੀਕਾਰੀ ਨੇ ਇਹ 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 ਕ੍ਰਾਂਤੀਕਾਰੀ ਇਹ ਕਿਹੜੀ ਕ੍ਰਾਂਤੀ ਹੈ ਇਹਨਾਂ ਦੀ ਦੱਸ ਤਾਂ ਸਹੀ ਜਰਾ ਕ੍ਰਾਂਤੀ ਕ੍ਰਾਂਤੀ ਮਤਲਬ ਇਹਨਾਂ ਦੀ ਕ੍ਰਾਂ ਇਹਨਾਂ ਦੀ ਕ੍ਰਾਂਤੀ ਚੋਰੀ ਦੀ ਹੈ ਹੈ ਵੀ ਅਸੀਂ ਵੱਡੀ ਚੋਰੀ ਕਰਕੇ ਦਿਖਾਵਾਂਗੇ ਬੀਓ ਲੈਂਦੇ ਸੀ ਉਹ ਉਹ ਲੈਂਦੇ ਸੀ 15 ਕਰੋੜ ਰੁਪਈਆ ਸਾਲ ਕਾਂਗਰਸੀ 20 ਕਰੋੜ ਅਸੀਂ 35 ਕਰੋੜ ਰੁਪਈਆ ਸਾਲ ਚੁੱਕਾਂਗੇ ਓਏ 35000 ਕਰੋੜ ਹਾਂਜੀ ਕਰਜ਼ੇ ਦਾ 35000 35000 ਕਰੋੜ ਹੀ ਮਤਲਬ ਉਹ ਹਜ਼ਾਰਾਂ ਸੀ ਭਾ ਗਿਆ ਨਾ ਭਾ ਮੈਂ ਅੱਜ ਤਣੂ ਕਿਹਾ ਸਵੇਰੇ ਐਨ ਟਕਾ ਕੇ ਫਿਕਰ ਦਿੰਦਾ ਮੈਂ 90 ਕਰੋੜ ਰੁਪਈਆ ਦੇਣ 640 ਦਿਨ 635 40 ਦਿਨ ਤੇ 70000 ਕਰੋੜ ਰੁਪਈਆ ਕਰਜਾ ਹਜੇ ਮੈਂ ਸੂਤ ਨਹੀਂ ਲਾਉਂਦਾ ਉਹਨੇ ਹੀ ਨੇ 2 ਸਾਲ ਦੇ 35000 ਕਰੋੜ ਇੱਕ ਸਾਲ 35000 ਕਰੋੜ ਇੱਕ ਸਾਲ ਹਾਂ ਪਰ ਅਗਲੇ ਸਾਲ ਫਿਰ ਇਹ ਸਿਸਟਮ ਨੂੰ ਬਦਲਣਾ ਨਾ ਇਹ ਸਿਸਟਮ ਨੂੰ ਬਦਲਣ ਦਾ ਰਾਹ ਹੈ ਪਾਲਸੀ ਉਹ ਪਾਲਸੀ ਹੈ ਜਾਂ ਤੇ ਉਸ ਪਾਲਸੀ ਨੂੰ ਲਿੰਦ ਲੋ ਜੇ ਬਿਹਤਰ ਹੈ ਮੈਂ ਮਗਰ ਤਰੂ ਜੇ ਨਹੀਂ ਹੈ ਬਿਹਤਰ ਫਿਰ ਚਾਂ ਚਾਂ ਪਿਆ ਪਿਆ ਉਹ ਚੰਗਾ ਨਹੀਂ ਉਹ ਤੂ ਤੜਕ ਉਹ ਫਲਾਨਾ ਉਹ ਟਮਕਾਨਾ ਫਿਰ ਇਹ ਨਿੱਜੀ ਲੜਾਈਆਂ ਕਿਉਂ ਬਣਾਉਂਦੇ ਨੇ ਉਹ ਜੀ ਆ ਉਹਨੇ ਉਹਨੇ ਆ ਕਰਤਾ ਉਹਨੇ ਆ ਕਰਤਾ ਤੁਸੀਂ ਸਮੂਹਿਕ 3 ਕਰੋੜ ਪੰਜਾਬੀਆਂ ਦਾ ਭਲਾ ਕਿਵੇਂ ਕਰੋਗੇ ਉਹਨਾਂ ਦੀ ਜ਼ਿੰਦਗੀ ਕਿਵੇਂ ਬਦਲੋਗੇ ਪੰਜਾਬ ਨੂੰ ਦਲਦਲ ਚੋਂ ਕਿਵੇਂ ਕੱਢਾਂਗੇ ਮੁੱਦਾ ਇਹ ਹੈ ਆਓ ਇੱਥੇ ਐ ਨਿਕਲਦਾ ਭਾਈ ਆ ਚਾਰ ਪਾਲਸੀਆਂ ਦਾ ਇੱਕ ਬਣਾਓ ਕਾਰਪੋਰੇਸ਼ਨ ਰੇਤੇ ਦੀ 10000 ਕਰੋੜ ਐਲ 1 ਦੇ ਲਾਇਸੈਂਸ ਆਕਸ਼ਨ 12000 ਕਰੋੜ ਠੀਕ ਹੈ ਜੀ ਟੋਟਲ 30-40000 ਕਰੋੜ ਰੁਪਏ ਇੱਕ ਸਾਲ ਦਾ ਠੀਕ ਹੈ ਰੇਤੇ ਦੀ ਕਾਰਪੋਰੇਸ਼ਨ ਦੇ ਵਿੱਚੋਂ 10000 ਕਰੋੜ ਰੁਪਏ ਸ਼ਰਾਬ ਦੀ ਕਾਰਪੋਰੇਸ਼ਨ ਦੇ ਵਿੱਚੋਂ 40 50000 ਕਰੋੜ ਰੁਪਈਆ ਠੀਕ ਹੈ ਰੇਤੇ ਦੀ ਕਾਰਪੋਰੇਸ਼ਨ ਦੇ ਵਿੱਚੋਂ ਬੜੇ ਆਰਾਮ ਨਾਲ ਨਾਲੇ ਤੁਸੀਂ ਨੌਕਰੀਆਂ ਦੇਓਗੇ 60000 50000 ਇੱਥੇ ਠੀਕ ਹੈ ਕੇਬਲ ਦੀ ਮੋਨੋਪੋਲੀ ਤੋੜੋ ਨਾਲੇ ਤਾਂ ਲੋਕਾਂ ਨੂੰ ਸਸਤੀ ਮਿਲੂ 200 ਦੀ ਠੀਕ ਹੈ ਨਾਲੇ ਰੋਜ਼ਗਾਰ ਵਧੂ ਇੱਕ ਇੱਕ ਪਿੰਡ ਦੇ ਵਿੱਚ ਇੱਕ ਬੰਦੇ ਨੂੰ ਬਸ ਦਾ ਪਰਮਟ ਦਿਓ ਕੀ ਔਖਾ ਹੈ ਜਿਹੜੀ ਤੁਸੀਂ ਇੰਡਸਟਰੀ ਦੀ ਗੱਲ ਕਰਦੇ ਹੋ ਜਿੱਥੇ ਕਪਾਹ ਲੱਗਦੀ ਹੈ ਹੈ ਉੱਥੇ ਭਾਈ ਸਪਿੰਨਿੰਗ ਮਿਲ ਲਾ ਲੋ ਪਰ ਇੱਕ ਇੱਕ ਮੈਂ ਹੋਰ ਗਲਤ ਸੌਰੀ ਜਿਵੇਂ ਟਮਾਟਰ ਦੀ ਗੱਲ ਕਰਦਾ ਜਿਹੜਾ ਜਿਹੜਾ ਖੇਤੀ ਕਰਨ ਵਾਲਾ ਬੰਦਾ ਟਮਾਟਰ ਆਲੂ ਜਾ ਕੇ ਸਬਜੀ ਨੂੰ ਵੇਚਣ ਨੂੰ ਮੰਡੀ ਚ ਜਾ ਕੇ ਦਿੰਦਾ ਉਹ ਸ਼ਾਮ ਨੂੰ ਜੇ ਉਹ ਤੋਂ 5 ਰੁਪਏ ਕਿਲੋ ਲੈਂਦੇ ਐ ਸ਼ਾਮ ਨੂੰ 25 ਰੁਪਏ ਕਿਲੋ ਵੇਚਦਾ ਪਰਚੂਨ ਦੀ ਦੁਕਾਨ ਤੇ 6 ਮਹੀਨਿਆਂ ਬਾਅਦ ਉਸੇ ਨੂੰ ਕੋਲਡ ਸਟੋਰੇ ਚ ਰੱਖ ਕੇ 60 ਰੁਪਏ ਕਿਲੋ ਨੂੰ ਦੇ ਦਿੰਦੇ ਐ ਕਿਸਾਨ ਨੂੰ ਇਨਸਾਫ ਹੈ ਬਣਾਓ ਕੋਲਡ ਸਟੋਰ ਕਰੋ ਕੋਆਪਰੇਟਿਵ ਤਿਆਰ ਬਣਾਓ ਪ੍ਰੋਡਕਟਿਵਿਟੀ ਦੀ ਸਕੀਮ ਹਾਂਜੀ ਚੋਨੇ ਤੋਂ ਪਾਸੇ ਹੋ ਇਹਨਾਂ ਨੇ ਵਰਤ ਲਿਆ ਸਾਨੂੰ ਇਹ ਨਹੀਂ ਹੁੰਦਾ ਇਹ ਨਹੀਂ ਹੁੰਦਾ ਖੋਲੋ ਬਾਟਰ 1200 ਦੀ ਕਣਕ ਰੱਖੋ 3000 ਨੂੰ 1200 ਦੀ ਕਣਕ 3000 ਨੂੰ 3000 ਦੀ ਬਾਸਮਤੀ 8000 ਨੂੰ ਸੁਣ ਲੈ ਹਾਂ ਉਹਨਾਂ ਦਾ ਕਿਲੋ ਨਮਕ ਪਿੰਕ ਸਾਲਟ 1 ਰੁਪਏ ਦਾ ਇੱਥੇ ਹਜ਼ਾਰਾਂ ਚ ਸਮਝਿਆ ਖੋਲੋ ਉਹ ਨਹੀਂ ਖੋਲਣਾ ਤੁਸੀਂ ਬੇਕਿਸਤਾਨ ਕਜ਼ਾਕਿਸਤਾਨ ਆਰਮੀਨੀਆ ਰਸ਼ੀਆ ਕਾਮਨ ਟਰੀ ਹਵਾਈ ਅੱਡੇ ਹਵਾਈ ਅੱਡੇ ਤੋਂ ਜਹਾਜ ਜਹਾਜ਼ ਸ਼ੁਰੂ ਕਰੋ ਹਵਾਈ ਜਹਾਜ਼ ਸ਼ੁਰੂ ਕਰੋ ਕਾਰਗੋ ਸ਼ੁਰੂ ਕਰੋ ਉਹ ਯਾਰ ਕਿਸੇ ਪਾਸੇ ਤਾਂ ਉਹ ਲੈਂਡ ਲੈਗਡ ਲੈਂਡ ਲੋਕਡ ਸਟੇਟਾਂ ਸੀ ਅੰਮ੍ਰਿਤਸਰ ਸਭ ਤੋਂ ਵੱਡੀ ਮੰਡੀ ਸੀ ਕਿਸੇ ਪਾਸੇ ਤਾਂ ਹੱਥ ਪਾਓ ਐਮਐਸਬੀ ਤੁਸੀਂ 40 ਰੁਪਏ ਵਧਾਣੇ ਨਹੀਂ ਪਰ 400 ਰੁਪਏ ਤੁਸੀਂ ਪੈਸਟੀਸਾਈਡ ਤੇ ਉਹਦੇ ਚ ਲੈ ਜਾਣੇ ਹੋ ਜਿਹੜੀਆਂ ਅਗਲਾਂ ਤੁਸੀਂ ਕਹਿ ਰਹੇ ਹੋ ਸਰਦਾਰ ਇਹ ਤਾਂ ਬਾਰਡਰ ਜੇ ਵਪਾਰ ਲਈ ਖੋਲਣਾ ਇਹ ਤਾਂ ਓਬਵੀਅਸ ਸਿੱਧਾ ਸੈਂਟਰ ਨਾਲ ਜੁੜਿਆ ਹੋਇਆ ਇਹ ਤਾਂ ਪੰਜਾਬ ਸਰਕਾਰ ਦੀ ਮੇਰੀ ਇੱਕ ਗੱਲ ਸੁਣੋ ਪੰਜਾਬ ਸਰਕਾਰ ਕੀ ਕਹਿੰਦੀ ਹੈ ਜਦੋਂ ਚੰਨੀ ਮੁੱਖ ਮੰਤਰੀ ਹੁੰਦਾ ਠੀਕ ਹੈ ਜਦੋਂ ਇਹ ਸੁਣ ਲੈ ਪਹਿਲਾਂ ਬੀਐਸਐਫ ਦੀ ਮੁੱਦਾ ਹੈ ਹਾਂ ਵੀ 40 ਕਿਲੋਮੀਟਰ ਬੀਐਸਐਫ ਲਾਦੀ ਹਾਂ ਭਗਵੰਤ ਜੀ ਮੈਂ ਗਾਲਾਂ ਕੱਢਦੇ ਸੁਣੇ ਚੰਨੀ ਨੂੰ ਕਹਿੰਦਾ ਉਹ ਤੂੰ ਕਿਹੜੀ ਡੀਲ ਕੀਤੀ ਓਏ ਇਹ 40 ਕਿਲੋਮੀਟਰ ਕਿਹੜਾ ਹੋਣ ਕੀ ਬੋਲਦਾ ਦੇਖ ਜਦੋਂ ਬਾਹਰੋਂ ਹੋਮ ਮਿਨਿਸਟਰ ਆਉਂਦਾ ਇੱਕ ਲਟਿਆ ਪਿਆ ਹੁੰਦਾ ਹਮ ਹੁਣ ਹੁਣ ਤੂੰ ਪਟਾ ਪਲਾਟੂ ਨਾ ਮੰਨਦਾ ਕਿਉਂ ਤੇ ਕਿਉਂ ਤੁਹਾਨੂੰ ਕੈਪਟਨ ਮਰਿੰਦਰ ਸਿੰਘ ਵਰਗਾ 78 ਐਮਐਲਏ ਸੀ ਕਾਂਗਰਸ ਦੇ ਹਮ ਮੁੱਖ ਮੰਤਰੀ ਬੀਜੇਪੀ ਦਾ ਸੀ ਕਿਉਂ ਤੁਹਾਨੂੰ ਇਹ ਬੰਦਾ ਚਾਹੀਦਾ ਵੀ ਜਿਹੜਾ ਥੋੜੀ ਥੋੜੀ ਤੁਣਕੇ ਤੇ ਨੱਚੇ ਭਾਈ ਤੁਸੀਂ ਭਲਾ ਕਰੋ ਪੰਜਾਬ ਦਾ ਮੈਂ ਹੀ ਜੇ ਜੇ ਕਰ ਕਰੂੰ ਮੈਂ ਕਹਿੰਦਾ ਕੁਝ ਨਹੀਂ ਚਾਹੀਦਾ ਯਾਰ ਤੁਸੀਂ ਕਰ ਦਿਓ ਕਰਜੇ ਮਾਫ ਤੁਸੀਂ ਦਿਓ ਪੈਕੇਜ ਪੰਜਾਬ ਨੂੰ ਤੁਸੀਂ ਖੋਲੋ ਬਟ੍ਰੇਡ ਹਾਂਜੀ ਤੁਸੀਂ ਸਾਡੇ ਜਿਹੜੇ ਕਾਨੂੰਨ ਨੇ ਉਹਨਾਂ ਤੇ ਕਾਨੂੰਨ ਨਾ ਬਣਾਓ ਸਾਡੇ ਕਿਸਾਨਾਂ ਦੀ ਇਨਕਮ ਡਬਲ ਕਰੋ ਕਰ ਦਿਓ ਕਿੰਨਾ ਕੁਛ ਕਰਨ ਨੂੰ ਦੱਸੋ ਨਾ ਤੁਹਾਡਾ ਕੀ ਤੁਸੀਂ ਕਰਨਾ ਕੀ ਹੈ ਹਾਂ ਇਹ ਤੁਸੀਂ ਕਹੋ ਇਹ ਲਾਅ ਐਂਡ ਆਰਡਰ ਖਰਾਬ ਲਾਅ ਐਂਡ ਆਰਡਰ ਤੁਹਾਡੀ ਰਿਸਪੌਂਸਿਬਿਲਟੀ ਨਹੀਂ ਹੈ ਉਹ ਤਾਂ ਵੀ ਸਰਕਾਰ ਹੋਰ ਤਾਂ ਵੀ ਸਰਕਾਰ ਦੀ ਐ ਨਾਲ ਥੋੜੀ ਵੀ ਬੀਐਸਐਫ ਖੜੀ ਐ 40 ਕਿਲੋਮੀਟਰ ਹੂੰ ਸੈਂਟਰਲ ਕਿਉਂ ਨਹੀਂ ਐ ਜੜੇ ਉਦੋਂ ਮੈਂ ਸਭ ਤੋਂ ਪਹਿਲਾਂ ਚੱਕਿਆ ਸੀ ਡਿਸਟਰਬਡ ਏਰੀਆ ਪੰਜਾਬ ਨੂੰ ਡਿਕਲੇਅਰ ਕਰੀ ਰੱਖੀ ਐ ਡਿਸਟਰਬਡ ਏਰੀਆ ਜਦੋਂ ਭਾਈ ਅੱਤਵਾਦ ਸੀ ਉਦੋਂ ਸੀ ਤੂੰ ਹੀ 30 ਸਾਲ ਬਾਅਦ ਐਕਸਟਰੈਟ ਜੁਡੀਸ਼ੀਅਲ ਪਾਵਰਾਂ ਦੇਈ ਰੱਖੀ ਪਰ ਇਹ ਗੱਲਾਂ ਐ MP ਇਲੈਕਸ਼ਨ ਆ ਰਹੇ ਆ ਲੈਕਚਰ ਮੈਂ ਕਹਿੰਦਾ ਇਹ ਗੱਲਾਂ ਹੀ ਇਹ ਨੇ ਮੈਂ ਉਦੋਂ ਦਾ ਕਹਿਣਾ ਵੀ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਛੱਡੋ ਕਾਮਨ ਮਿਨਿਮਮ ਪ੍ਰੋਗਰਾਮ ਬਣਾ ਲਓ ਜੇ ਅਲਾਈਅੰਸ ਕਰਨੀ ਤਾਂ ਕਾਮਨ ਮਿਨਿਮਮ ਪ੍ਰੋਗਰਾਮ ਬਣਾ ਲਓ ਨਹੀਂ ਤੇ ਪੁੱਛੋ ਵੱਖ ਹੈ ਪ੍ਰਧਾਨ ਮੰਤਰੀ ਦਾ ਇਲੈਕਸ਼ਨ ਤੇ ਮੁੱਖ ਮੰਤਰੀ ਦਾ ਇਲੈਕਸ਼ਨ ਵੱਖ ਹੈ ਵੱਖ ਮੁੱਦੇ ਨੇ ਵੱਖ ਮੰਗਾਂ ਨੇ ਪਰ ਉਹਨਾਂ ਨੇ ਇਲੈਕਸ਼ਨ ਪੰਜਾਬ ਦੇ ਪੰਜਾਬ ਸਰਕਾਰ ਦੇ ਐਂਗਲ ਤੋਂ ਹੀ ਲੜਨਾ ਤੇ 13 ਜ਼ੀਰੋ ਕਹਿ ਦੇਣਾ ਤੇ ਫਿਰ ਮੇਰੀ ਇੱਕ ਗੱਲ ਨੂੰ ਸੁਣਨਾ ਪੰਜਾਬ ਦੇ ਉਥੋਂ 13 ਜ਼ੀਰੋ ਕਿੱਥੋਂ ਕਰ ਲੂਗਾ ਇਹ ਇਹ ਟਰਪਲਵਾਜ ਮੁੱਖ ਮੰਤਰੀ ਇਹਨੂੰ ਇਹ ਪੁੱਛੋਏ ਵੀ ਤੂੰ 6 ਲੱਖ ਰੁਪਈਆ ਘੰਟੇ ਦੇ ਜਹਾਜ਼ ਚ ਅੱਠ ਸਟੇਟਾਂ ਘੁੰਮ ਕੇ ਆਇਆ ਹੂੰ ਉਥੋਂ ਮਰੀ ਚੂਹੀ ਲੈ ਕੇ ਆਇਆ ਤੈਨੂੰ ਨੋਟਾਂ ਨਾਲੋਂ ਘੱਟ ਬੋਟਾਂ ਪਈਆਂ ਓਏ ਹੱਸਣਾ ਗੱਲ ਸਹੀ ਤੂੰ ਪੁੱਛਵੇਂ ਮਰੀ ਚੂਹੀ ਲੈ ਕੇ ਆਇਆ ਤੂੰ ਹੈਂ ਲਾ ਲਾ ਤੂੰ ਪੰਜਾਬ ਦੇ ਪਤਾ ਨਹੀਂ ਕਿੰਨੇ ਪੈਸੇ ਲਾਤੇ ਹੋਏ ਹੈ ਤੇ ਤੂੰ ਤੈਨੂੰ ਦੋ ਵੋਟਾਂ ਨਹੀਂ ਪਈਆਂ ਹੈ ਤੂੰ ਗੱਲਾਂ ਕਰਦਾ 13 0 ਉਹ ਥੋੜੀ ਲੋਕ ਸਭਾ ਚ ਇੱਕ ਸੀਟ ਨਹੀਂ ਜਿਹੜੀ ਸੀਟ ਹੈਗੀ ਆ ਉਹ ਵੀ ਸਾਡਾ ਰਿੰਕੂ ਮੰਗਿਆ ਹੋਇਆ ਬੜਾ ਗ੍ਰੇਟ ਬੰਦਾ ਲੱਗੇ ਆ ਤੂੰ ਤੁਰ ਬਿੱਟੇ ਮੂ ਤੇਰੇ ਗੱਲਾਂ ਕਰਦਾ ਵੱਡੀਆਂ ਵੱਡੀਆਂ ਇੱਕ ਸੀਟ ਲੋਕ ਸਭਾ ਚ ਥੋੜੀ ਤੂੰ ਕਹਿੰਦਾ ਨੈਸ਼ਨਲ ਪਾਰਟੀ 13 0 ਗੱਲਾਂ ਨਾਲ ਕਹੇ ਕਿਤੇ ਚੌਲ ਪੱਕਦੇ ਆ ਹਾਂ ਕਹ ਕੇ ਕਿਤੇ ਬੇਰਪਕਦੇ ਆ ਚਲੋ ਮੇਰਾ ਆਖਰੀ ਸਵਾਲ ਆ ਲੜੋਂਗੇ ਇਲੈਕਸ਼ਨ ਹੈ ਕਿ ਲੋਕ ਮੇਰਾ ਇਲੈਕਸ਼ਨ ਲੜਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੈਂ ਇਲੈਕਚਨ ਹੀ ਲੋਕ ਸਭਾ ਚ ਜਾਣਾ ਹੁੰਦਾ ਤੇ ਫਿਰ ਮੈਂ ਤਿੰਨ ਵਾਰ ਮੰਤਰੀ ਨਾ ਹੁੰਦਾ ਨਹੀਂ ਫਿਰ ਮੈਂ ਛੱਡਿਆ ਫਿਰ ਮੈਂ ਰਾਜ ਸਭਾ ਕਿਉਂ ਛੱਡਦਾ ਫਿਰ ਜਦੋਂ ਮੈਨੂੰ ਕਹਿੰਦੇ ਸੀਗੇ ਕੁਰਖੇਤਰੋਂ ਲੜ ਤੂੰ ਮੰਤਰੀ ਆ ਆਈਐਨਡੀਪੀ ਮਿਨਿਸਟਰ ਬੜਾ ਸ਼ੌਕਾ ਸੀ ਮਿੰਨਾ ਸਾਹਿਬ 2.5 ਲੱਖ ਦੇ ਦਿੱਤੇ ਮੈਂ ਤਿੰਨ ਤੇ ਜਿੱਦਾ ਜਿੱਥੋਂ ਮਰਜੀ ਲੈਣਾ ਚੰਡੀਗੜ੍ਹੋਂ ਲੜ ਲੈਂਦਾ ਵੈਸਟ ਦਿੱਲੀੋਂ ਲੜ ਲੈਂਦਾ ਮੈਂ ਤਾਂ ਐਮਪੀ ਨਹੀਂ ਲੜਿਆ ਹੁੰਦਾ ਮਤਲਬ ਹੈ ਹੈ ਕਹੇ ਚਦਾ ਮੈਂ ਇਹਨਾਂ 'ਚ ਸਰਪੰਚੀ ਛੱਡਣ ਦਾ ਓਏ ਓਏ ਬਣਨਾ ਚਾਹੁੰਦਾ ਓ ਬਣਨਾ ਚਾਹੁੰਦਾ ਤੂੰ ਦੇਖ ਭਗਾ ਭਗਾ ਤਾਂ ਕਿੰਨੀਆਂ ਚੀਜ਼ਾਂ ਮਾਰੀਆਂ ਪੰਜਾਬ ਤਾਂ ਸਵਾਰੋ ਹੈ ਤੁਹਾਡੇ ਕੋਲ ਕੋਈ ਪਲਾਨ ਦੱਸੋ ਮੈਂ ਤੁਹਾਡੇ ਮਗਰ ਤੁਰੂ ਜੇ ਨਹੀਂ ਹੈ ਫਿਰ ਗੱਲ ਨੂੰ ਨਾ ਪਾਓ ਜੇ ਪੱਲੇ ਕੱਖ ਨਹੀਂ ਨਾ ਫਿਰ ਗੱਲ ਨੂੰ ਨਾ ਪਾਓ ਨਿੱਜੀਆਂ ਲੜਾਈਆਂ ਨਾਲ ਚ ਨਾ ਪਾਓ ਫਿਰ ਆਓ ਸੰਵਾਦ ਕਰ ਜਾਓ ਤੇ ਮਗਰ ਤੁਰੂ ਸਰ ਦੇ ਨਾਲ ਸੰਵਾਦ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 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 ਥੈਂਕ ਯੂ ਸਰ ਆਸਦੇ ਵਾਸਤੇ ਥੈਂਕ ਯੂ ਤਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰੋ ਜਵਾਨੀਆਂ ਮਾਨੋ ਧੰਨਵਾਦ